ਫੋਨ ਕਰੀ ਜਾ ਰਿਹਾ ਯਾਰ, ਫੋਨ ਨਹੀਂ ਚੁੱਕ ਰਿਹਾ, ਤੂੰ ਚੰਗਾ ਬੰਦਾ ਆ। ਸਾਹ ਜੀ ਸੁਬਹ ਦਾ ਨਾਸ਼ਤਾ ਨਹੀਂ ਕੀਤਾ, ਗੈਸ ਹੀ ਨਹੀਂ ਆ ਰਹੀ ਸੀ, ਮੈਂ ਕਿਹਾ ਹੁਣ ਗੈਸ ਆਉਂਦੀ ਹੁਣ ਆਉਂਦੀ, ਅਤੇ ਬਿੱਲ ਆਈ ਜਾ ਰਹੇ ਆ। ਗੈਸ ਕੀ ਮਤਲਬ? ਗੈਸ ਆਉਂਦੀ ਸੀ ਨਾ ਅੱਗੇ, ਸੁਬਹਾ ਆ ਗਈ ਚਲੋ ਦੋ ਤਿੰਨ ਘੰਟੇ, ਉਹ ਵੀ ਨਹੀਂ ਆ ਰਹੀ ਸੀ ਬਿਲਕੁਲ, ਗੈਸ ਵੀ ਨਹੀਂ ਆ ਰਹੀ, ਬਿਲਕੁਲ ਨਹੀਂ ਆ ਰਹੀ, ਅਤੇ ਬਿੱਲ ਆ ਰਹੇ ਨੇ, ਵੱਡੇ ਵੱਡੇ ਬਿੱਲ ਆ ਰਹੇ ਨੇ। ਸੁਬਹਾ 6 ਵਜੇ ਲਾਈਟ ਗਈ ਹੈ ਅਤੇ 10 ਵਜੇ ਆਈ ਹੈ ਲਾਲਾ ਸਾਹਿਬ, ਅਤੇ ਗਰਮੀ ਵੀ ਕਵੇ ਅੱਜ ਹੀ ਹੈ। ਅਤੇ ਨਾਸ਼ਤਾ ਹੁਣ ਕੀਤਾ ਨਹੀਂ? ਨਾਸ਼ਤਾ ਕਰਾਉਣਾ ਸਾਹ ਜੀ, ਨਾਸ਼ਤਾ ਮੰਗਵਾਉਣਾ ਤੁਸੀਂ, ਮੈਂ ਤੁਹਾਡਾ ਫੋਨ ਕੀਤਾ ਅਤੇ ਮੈਂ ਫੌਰਨ ਨੱਸਿਆ, ਮੈਂ ਕਿਹਾ ਸਾਹ ਉਹਨਾਂ ਨੂੰ ਕੰਮ ਹੋਣਾ ਵਾ, ਉਹਨੂੰ ਜਾਣਾ। ਚਲੋ ਕੀ ਖਾਣਾ ਕੀ ਹੈ? ਮੰਗਾ ਲਓ ਕੋਈ ਤੁਸੀਂ, ਮੰਗਾ ਲਓ, ਹੁਣ ਮੈਂ ਪੁਲਿਸ ਨੂੰ ਮੰਗਾ ਲਵਾਂ ਉੱਥੋਂ, ਚਲੋ ਆ ਜਾਂਦਾ ਮੁੰਡਾ, ਮੈਂ ਕਹਿ ਦਿੰਦਾ ਉਹਨੂੰ। ਤੇ ਗਿਆ ਨੀ ਕੰਮ ਤੇ ਅੱਜ? ਕੰਮ ਤੇ ਬਸ ਹੁਣ ਸਾਜੀ ਜਾਣਾ ਵਾ। ਕਦੋਂ ਜਾਣਾ? ਦੁਨੀਆ ਦੁਬਾਰਾ ਵਾਪਸ ਆਉਣ ਵਾਲੀ ਹੋਈ ਹੈ ਤੇ ਤੂੰ ਕੰਮ ਤੇ ਜਾਣਾ? ਕੰਮ ਹੈਗੇ ਕਦੋਂ ਆ? ਉੱਥੇ ਕਿਹੜਾ ਜਾ ਕੇ ਮੈਂ ਕੰਮ ਸ਼ੁਰੂ ਕਰ ਦੇਣਾ ਚਾਹੁੰਦੇ, ਪਤਾ ਹੀ ਕਰਨਾ ਵੀ ਹੈ ਵੀ ਆ ਕੰਮ, ਜੇ ਉਹਨਾਂ ਨੇ ਕਿਹਾ ਹੈਗਾ ਤਾਂ ਠੀਕ ਹੈ, ਦਿਹਾੜੀ ਲੱਗ ਜਾਏਗੀ ਨਹੀਂ ਲੈ ਜਾਵਾਂਗੇ ਬਸ। ਕੰਮ ਕਾਰੋਬਾਰ ਵੀ ਅੱਜ ਕੱਲ੍ਹ ਠੱਪ ਹੋਏ ਆ ਸਾਰੇ, ਖਾਇਆ ਪੀਆ ਕਰ ਕੁਝ ਸਿਹਤ ਬਣਾ ਆਪਣੀ। ਹਾਂ ਨਹੀਂ ਹੁਣ ਕਰਦੇ ਹਾਂ ਸਾਹ ਜੀ, ਮੈਨੂੰ ਇੰਝ ਲੱਗਦਾ ਕਿ ਪੂਰੀ ਗੱਲ ਤੂੰ ਕਰ ਵੀ ਲੈ ਸਾਹ ਜੀ। ਵਿੱਚ ਤੁਸੀਂ ਮਜ਼ਾਕ ਵਾਲੀਆਂ ਗੱਲਾਂ ਨਾ ਕਰਨੇ ਛੱਡੋ। ਮਜ਼ਾਕ ਵਾਲੀ ਨਹੀਂ ਹੈਗੀ, ਕੋਈ ਖਾਇਆ ਪੀਆ ਕਰ ਯਾਰ, ਆਪਣੀ ਸਿਹਤ ਬਣਾ। ਕਿਸੇ ਦਾ 25,000 ਰੁਪਇਆ ਖਾ ਲਵਾਂ, ਖਾ ਕੇ ਦੇਖ ਲੈ, ਤੈਨੂੰ 28 ਸਾਲ ਅੰਦਰ ਕਰਵਾ ਦੇਣੇ, ਨਾ ਤੇ ਕੋਈ 25-30 ਆਉਣਾ ਆ, ਨਾ ਤੂੰ ਬਾਹਰ ਆਉਣਾ ਆ। ਆਹੋ ਤੇ ਇਸ ਤੋਂ ਬਿਹਤਰ ਨਹੀਂ, ਮੈਂ ਇੱਦਾਂ ਹੀ ਠੀਕ ਹਾਂ। ਹਾਂ ਤੁਸੀਂ ਸੁਣਾਓ ਕਿੱਦਾਂ? ਠੀਕ ਠਾਕ। ਮੁੰਡਾ ਗੱਡੀ ਲੈ ਕੇ ਗਿਆ ਆ, ਆ ਰਿਹਾ, ਬਾਜ਼ਾਰ ਜਾਣਾ ਸੀ ਮੈਂ। ਹਾਂ ਅੱਛਾ, ਸ਼ੋਪਿੰਗ ਕਰਨ ਗਏ ਨਹੀਂ ਜੀ? ਜਾਣਾ ਹੈ ਹੁਣ। ਹੋਰ ਤੂੰ ਸੁਣਾ? ਸ਼ੁਕਰ ਅੱਲਾ ਦਾ ਬਸ ਠੀਕ ਹੈ, ਦੁਆਵਾਂ ਤੁਹਾਡੀਆਂ। ਉਹ ਕਿੱਧਰ ਨੂੰ ਜਾਈ ਜਾ ਰਿਹਾ? ਉਹ ਵੀਰੇ ਆਉੜਾ ਹੈਦਰਾਬਾਦ ਭਾਅ ਜੀ, ਉਹ ਦੁੱਧ ਇਹਨੂੰ ਲੈ ਕੇ ਆਉਣਾ, ਕੀ ਗੱਲ ਆ ਮੈਨੂੰ ਕਹਿ ਰਹੇ? ਹਾਂਜੀ ਹਾਂਜੀ, ਇੱਧਰ ਭਾਅ ਜੀ ਬੁਲਾ ਬੁਲਾ ਰਹੇ ਨੇ। ਉਹ ਸਾਹਮਣੇ ਲਾਲ ਚੱਗੇ? ਹਾਂਜੀ ਬੁਲਾ ਰਹੇ ਭਾਅ ਜੀ। ਤੈਨੂੰ ਆਵਾਜ਼ਾਂ ਦੇਣ ਡਏ ਆ ਭਾਈ, ਤੂੰ ਉੱਧਰ ਹੀ ਵੜੀ ਜਾਂਦਾ, ਕੀ ਗੱਲ ਆ? ਆ ਗਿਆ ਭਾਅ ਜੀ ਆ ਗਿਆ। ਇਹ ਕੌਣ ਭਾਈ? ਇਹ ਭਾਈ ਵੱਡੇ ਭਾਈ ਨੇ ਮੇਰੇ, ਸਾਡੇ ਵੱਡੇ ਭਾਈ। ਹਾਂਜੀ ਭਾਈ, ਕੀ ਗੱਲ? ਕੀ ਆਵਾਜ਼ਾਂ ਦੇਈ ਜਾਂਦੇ ਤੁਸੀਂ, ਅੰਦਰ ਹੀ ਵੜੀ ਜਾਂਦੇ, ਕੀ ਗੱਲ ਆ? ਉਹ ਆਪਣਾ ਘਰ ਆ ਭਾਈ? ਹਾਂਜੀ ਭਾਈ ਆਪਣਾ ਘਰ ਆ, ਤੁਹਾਨੂੰ ਆਵਾਜ਼ ਮਾਰੀ? ਨਹੀਂ ਤੁਸੀਂ ਏਡੀ ਦੂਰ ਬੈਠੇ, ਕੀ ਗੱਲ? ਤਾਰਾਂ ਨਹੀਂ, ਵੈਸੇ ਅਸੀਂ ਬੈਠੇ ਆ, ਇਹ ਵੀ ਜਗ੍ਹਾ ਆਪਣੀ ਹੈ, ਪਲਾਟ ਆਪਣਾ, ਇਹ ਵੀ ਆਪਣਾ ਹੈ। ਅੱਛਾ, ਦੋ ਪਲਾਟ ਆਪਣੇ, ਉਹ ਵੀ ਘਰ ਆਪਣਾ ਹੈ। ਤੇ ਮੈਂ ਭਾਅ ਜੀ ਕੇਬਲ ਵਾਲਾ, ਹੈ ਸਟਾਰ ਕੇਬਲ ਵਾਲਾ ਭਾਅ ਜੀ, ਕੇਬਲ ਵਾਲਾ ਹੈ, ਕੇਬਲ ਵਾਲੇ ਆ ਜੀ, ਕੇਬਲ ਵਾਲੇ ਆਓ, ਕੇਬਲ ਵਾਲੇ ਅੰਦਰ ਹੀ ਵੜੀ ਜਾਣਾ, ਮੈਂ ਆਵਾਜ਼ਾਂ ਮਾਰੀ ਜਾਂਦਾ। ਭਾਅ ਜੀ ਅੰਦਰ ਨਹੀਂ ਵੜ ਰਿਹਾ ਸੀ, ਮੈਂ 2 ਮਹੀਨੇ ਦੀ ਫੀਸ ਬਕਾਇਆ ਉਹ ਲੈਣ ਵਾਸਤੇ ਆਇਆ ਸੀ। ਤੁਹਾਨੂੰ ਆਵਾਜ਼ ਦੇਣ ਡਏ, ਤੂੰ ਸੁਣਦਾ ਨਹੀਂ? ਹੁਣ ਮੈਨੂੰ ਨਹੀਂ ਸੀ ਨਾ ਪਤਾ ਵੀ ਤੁਹਾਡਾ ਘਰ ਆ ਭਾਅ ਜੀ। ਕਿੱਦਾਂ ਨਹੀਂ ਪਤਾ ਯਾਰ, ਤੂੰ ਉੱਥੇ ਅੱਲਾ ਮਾਫੀ ਤੇ ਕਿਹੜਾ ਕੋਈ ਸਿਆਲਕੋਟ ਖੜਾ, ਸਾਹਮਣੇ ਤੇ ਖੜਾ ਨਹੀਂ, ਮੇਰੇ ਇਲਮ 'ਚ ਨਹੀਂ ਸਾ ਵੀ ਤੁਹਾਡਾ ਘਰ, ਇਲਮ 'ਚ ਰੱਖਿਆ ਕਰਨਾ, ਐਵੇਂ ਡਕੈਤੀ ਪਵਾ ਲੇਗਾ ਆਪਣੇ ਆਪ 'ਤੇ। ਨਹੀਂ ਡਕੈਤੀ ਭਾਅ ਜੀ, ਮੈਂ ਬੰਦੂਕ ਲੈ ਕੇ ਫਿਰ ਨਹੀਂ ਭਰਾਵਾ, ਦੌਰ ਹੀ ਨਹੀਂ ਹੈਗਾ ਕਿਸੇ ਨੇ ਦਰਵਾਜ਼ੇ ਅੱਗੇ ਖਲੋਣ ਦਾ, ਕਿਉਂਕਿ ਤੁਸੀਂ ਕੁਰਸੀ ਰੱਖ ਦਿਓ ਵੀ ਬੰਦਾ ਬਹਿ ਜਾ। ਕਦੇ ਰੱਖਦੇ ਤੂੰ? ਹਫ਼ਤਾ ਰਹਿ ਕੇ ਫੀਸ ਲੈ ਜਾਣੀ ਹੈ, ਤੂੰ ਮੇਰੇ ਨਿਆਣੇ ਪੜ੍ਹਾਉਣੇ, ਤੈਨੂੰ ਕੋਈ ਕੁਰਸੀ ਦੇਵਾਂ ਮੈਂ? ਔਰਤਾਂ ਭਾਅ ਜੀ ਅੰਦਰ ਆ ਸਾਡੀਆਂ,
ਤੁਸੀਂ ਲੇਡੀਜ਼ ਬਾਹਰ ਆਉਂਦੇ ਜਾਂਦੇ ਆ, ਤੂੰ ਉੱਥੇ ਖਲੋਤਾ ਆ ਤੇ ਮੈਂ ਕਿਹੜਾ ਡੈਕ ਲਾਤਾ ਵੀ ਕਿਤੇ ਡਾਂਸ ਕਰਨ ਲੱਗ ਗਈਆਂ ਲੇਡੀਜ਼। ਓਏ ਤਮੀਜ਼ ਨਾਲ ਗੱਲ ਕਰ, ਤਮੀਜ਼ ਨਾਲ ਗੱਲ ਕਰ। ਮੈਂ ਕੇਬਲ ਦੀ ਫੀਸ ਲੈਣਾ ਤੁਸੀਂ ਦੇ ਦਿਓ, ਮੈਂ ਚੱਲ ਜਾਵਾਂ ਭਾਜੀ। ਤੇ ਭਾਜੀ ਫੀਸ ਮਿਲ ਜਾਂਦੀ ਆ, ਤੁਸੀਂ ਤਮੀਜ਼ ਨਾਲ ਗੱਲ ਕਰ ਕਰ ਰਹੇ ਹੋ, ਤੁਸੀਂ ਚੁੱਪ ਕਰੋ। ਮੈਨੂੰ ਲੱਗਦਾ ਤੁਹਾਡੇ ਕੋਲ ਆਪਣੀ ਦਵਾਈ ਲਈ ਪੈਸੇ ਹੈ ਨਹੀਂ, ਤੁਸੀਂ ਕੇਬਲ ਦੀ ਗੱਲ ਕਰੀ। ਗੱਲਾਂ ਕਰਨ ਬਹਿ ਯਾਰ, ਬੈਠ ਭਾ। ਚਲ ਮਿਹਰਬਾਨੀ, ਤੁਹਾਨੂੰ ਖਿਆਲ ਆ ਗਿਆ। ਤੁਸੀਂ ਤੇ ਭਲਵਾਨ ਜੀ ਇਹ ਵੀ ਨਹੀਂ ਕਹਿੰਦੇ ਵੀ ਬਹਿ ਜਾ ਯਾਰ, ਬੰਦਾ ਦੇਖਦਾ ਤੂੰ ਹੈ, ਤੂੰ ਕੇਬਲ ਵਾਲਾ ਆ, ਮਤਲਬ ਤੂੰ ਖਲੋਤਾ, ਤੂੰ ਇੰਜ ਆ ਜਿਵੇਂ ਤੂੰ ਕਬਜ਼ਾ ਲੈਣ ਆਇਆ। ਨਹੀਂ ਭਾਜੀ, ਮੇਰੀਆਂ ਲੱਕੜ ਦੀਆਂ ਲੱਤਾਂ, ਮੈਨੂੰ ਕਹਿ ਦਿਓ ਬਹਿ ਜਾ, ਮੈਂ ਬਹਿ ਗਿਆ, ਤੁਸੀਂ ਵੀ ਤਾਂ ਬੈਠੇ ਹੀ ਆ। ਤੂੰ ਤਾਂ ਹੁਣ ਆਇਆ, ਤੈਨੂੰ ਕੋਈ ਹਫ਼ਤਾ ਹੋ ਗਿਆ, ਤੈਨੂੰ ਆਏ, ਤੂੰ ਤਾਂ ਹੁਣ ਖੜਾ ਸਾਡੇ ਸਾਹਮਣੇ ਭਾਈ। ਸਾਰੀ ਗਲੀ ਕਰਕੇ ਆਇਆ, ਟਾਊਨ ਗਲੀ, ਤੂੰ ਸਫਾਈ ਕਰਕੇ ਆਇਆ ਵੀ ਸਰੀਆ ਫੇਰ ਕੇ ਆਇਆ ਨਾਲੀਆਂ 'ਚ। ਸ਼ਾਬਾਸ਼, ਆਹੋ ਸਾਨੂੰ ਤੂੰ ਇੱਜ਼ਤ ਬਣਾਉਣ ਡਿਆ ਵੀ ਪੂਰੀ ਗਲੀ ਮੈਂ ਕਰਕੇ ਆਇਆ। ਭਾਜੀ ਬਹੁਤ ਔਖਾ ਕੰਮ, ਪਸੀਨਾ ਮੁੜਕੋ ਮੁੜਕੀ ਹੋ ਜਾਂਦਾ ਬੰਦਾ। ਕੀ ਗੱਲ ਆ, ਦਿਓ 2000 ਰੁਪਈਏ। 2000 ਕਾਹਦਾ ਦਈਏ, 2 ਮਹੀਨੇ ਦੀ ਫੀਸ ਭਾਜੀ। 1000 ਰੁਪਈਆ ਫੀਸ ਤੇ 1000 ਰੁਪਈਆ ਫੀਸ, ਤੂੰ ਵੀ ਜਿੰਦੇ ਬੰਦੇ ਭੇਜ ਦਿੰਦਾ, ਜਿੰਦੀਆਂ ਔਰਤਾਂ ਭੇਜ ਦਿੰਦਾ। ਉਹ ਨਾਲੇ ਕਹਿੰਦਾ ਅੰਦਰ ਹੈਗੀਆਂ ਪਹਿਲੇ। ਜਿਹੜੀ ਗੱਲ ਮੈਂ ਕਹਿ ਰਿਹਾ ਉਹਦਾ ਜਵਾਬ ਦੇ। ਆਹੋ ਵੀ ਕੇਬਲ 'ਤੇ ਫੋਟੋ ਆਉਂਦੀ ਹੈ, ਤੇ ਫੋਟੋ ਹੀ ਆਉਂਦੀ ਭਰਾਵਾ, ਅਸੀਂ ਕੇਬਲ ਆਈ ਉਹਦੇ ਕਨੈਕਸ਼ਨ ਦੇ ਪੈਸੇ ਲੈਣ ਡਏ ਸਾਰੇ, 200 ਲੈਣ ਡਏ। ਸ਼ਾਬਾਸ਼, 200 ਕਾਹਦੇ ਲੈਣ ਡਏ, ਤੇ ਲਾ ਗਿਆ ਤੁਹਾਨੂੰ ਮੈਂ 200 ਲੈਣ ਡਏ। 200 ਆ, 200 ਲੈ ਜਾ ਭਾਜੀ, ਕਾਹਦਾ 200 ਲੈ ਜਾ, ਜਿੰਨੀਆਂ ਤੁਸੀਂ ਉੱਥੇ ਆਈਟਮਾਂ ਦੇਖਦੇ ਤੁਹਾਡੇ ਕੋਲ ਤਾਂ 1500 ਲੈਣਾ ਚਾਹੀਦਾ। ਅਸੀਂ ਕੀ ਵੇਚਦੇ ਹਾਂ, ਮੈਨੂੰ ਪਤਾ ਨਹੀਂ ਹੈਗਾ ਵੀ 70 ਚੈਨਲ ਚੱਲਣ ਡਏ, ਵੀ ਤੁਹਾਡੇ ਵਰਗਾ ਬੰਦਾ ਕਿਤੇ ਰਾਤ ਨੂੰ 1:30 ਵਜੇ ਲੱਗ ਪੈ ਜਾਂਦਾ। ਤੂੰ ਕਿਹੜੀ ਉੱਥੇ ਸਰਕਸ ਲਾਈ ਆ ਵੀ ਅਸੀਂ ਤਾਰ ਤੇ ਜਾਂਦੀਆਂ ਔਰਤਾਂ ਵੇਖਣੀਆਂ? ਨਹੀਂ ਮੈਂ ਸਰਕਸ ਕੀ ਲਾਉਣੀ ਆ, ਬਾਂਦਰੀ ਤੁਹਾਡੇ ਕਿਸ ਹਿਸਾਬ ਦੇ ਨਾਲ ਕਹਿ ਰਹੇ ਆ? ਨਹੀਂ ਮੈਂ ਤਾਂ ਵੈਸੇ ਗੱਲ ਹੀ ਕੀਤੀ, ਗੱਲ ਹੀ ਕੀਤੀ। ਚਲੋ ਲੈ ਦਿਓ 2000 ਰੁਪਈਆ। 2000 ਨਹੀਂ, 200 ਰੁਪਈਆ ਦਿੰਦੇ ਆ। ਕੀ ਗੱਲ, 200 ਕਾਹਦਾ ਦੇਣ ਡਿਆ, ਅਬੂਆ ਖੜਕਾਉਂਦਾ 200 ਦੇਣ ਡਿਆ, ਮੈਂ ਕਨੈਕਸ਼ਨ ਦੇ। ਉਹ ਭਾਈ 200-300 ਰੁਪਈਆ, 250 ਰੁਪਈਆ ਲੈ ਰਹੇ ਫੀਸ ਹਰ ਜਗ੍ਹਾ ਤੇ। ਕਿਹੜੇ ਦੌਰ 'ਚ ਫਿਰਨ ਡਿਆ ਭਵਾਨ? ਕਿਹੜੇ ਦੌਰ 'ਚ, ਇਸ ਦੌਰ 'ਚ ਫਿਰਨੇ ਆ? ਇਹ 5-7 ਸਾਲ ਪਹਿਲੇ ਸੀ। ਲੈ 5-7 ਸਾਲ ਪਹਿਲਾਂ ਸੀ, ਪਤਾ ਕਿੱਥੋਂ ਤਾਰ ਚੁੱਕ ਕੇ ਲਿਆ ਤੁਹਾਡੇ ਇਲਾਕੇ 'ਚ? ਕਿੱਥੋਂ ਯਾਰ ਲੈ ਗਿਆ ਤੂੰ, ਇਧਰੋਂ ਨਵੇਂ ਲਾਹੌਰ ਵੱਲੋਂ ਲੈ ਕੇ ਆਇਆ ਤਾਰ? ਦੱਸ ਦੇ ਤੂੰ ਕਿੱਧਰੋਂ ਤਾਰ ਲੈ ਕੇ ਆਇਆ ਵੀ? ਆਹ 3 ਗੱਡੀਆਂ ਤਾਰ ਹੀ ਲਾਹ ਕੇ ਗਈਆਂ ਕੇਬਲ ਦੀ। ਤੁਹਾਨੂੰ ਕੀ ਪਤਾ ਕੀ ਰੇਟ ਚੱਲਣ ਡਿਆ? ਕੀ ਰੇਟ ਚੱਲਣ ਡਿਆ? ਮੈਂ ਵੀ ਦੱਸੀ ਜਾਵਾਂ, ਤੇਰੇ ਕੋਲ ਗੋਸ਼ਤ ਲੈ ਲਿਆ ਸੀ ਵੀ, ਤੇਰੇ ਕੋਲ ਛੋਟਾ ਗੋਸ਼ਤ ਲੈ ਲਿਆ, ਕੇਬਲ ਹੀ ਆ ਜਿਹੜੀ ਲਵਾ ਲਈ ਆ। ਕਹਿੰਦੇ ਪੈਸੇ ਨਹੀਂ ਦੇਣੇ? ਪੈਸੇ ਕਿਤੇ, ਤੈਨੂੰ ਤਾਂ ਕਹਿਣ ਡਿਆ 200 ਲੈ। ਅੱਖਾਂ ਤੇਰੀਆਂ ਲਾਲ ਹੋਈਆਂ, ਸਾਰੀ ਰਾਤ ਦੇਖ ਦੇਖ ਕੇ ਪੈਸੇ ਦਿੰਦੇ, ਮੌਤ ਪੈ ਜਾਂਦੀ ਤੁਹਾਨੂੰ। ਤੂੰ ਮੈਨੂੰ ਕੱਲ ਹੀ ਆਵਾਜ਼ ਮਾਰ ਲਈ ਆ ਭਾਈ, ਮਕੂਲ ਜਿਹੜੇ ਪੈਸੇ, ਤੈਨੂੰ ਆਵਾਜ਼ ਮਾਰ ਲਈ ਭਾਈ, ਤੂੰ ਕੁਝ ਲਿਖਣ ਡਿਆ ਸੀ? ਤੈਨੂੰ ਆਵਾਜ਼ ਮਾਰ, ਤੂੰ ਉੱਥੇ ਕਿਉਂ ਖਲੋਤਾ ਆ ਦਰਵਾਜ਼ੇ ਅੱਗੇ? ਪੈਸੇ ਲੈਣ ਡਿਆ ਤੇ 200 ਰੁਪਈਆ ਜੇ ਇਹਨੂੰ ਦੇ ਉਹ ਦੋ ਬਹਿ, ਤੂੰ ਮੈਂ ਬਾਜੀ ਹੁਣਾਂ ਕੋਲ ਲੈ ਲੈਣਾ ਘਰੋਂ। ਉਹ ਬਹਿ ਜਾ ਭਾਈ, ਬਾਜੀ ਬਹਿ ਜਾ, ਉਹਨੂੰ ਕਹਿੰਦੇ ਘਰ ਹੈਗੀਆਂ ਬਾਜੀ ਉਹਨਾਂ ਕੋਲ ਲੈ ਲੈਣਾ। ਉਹ ਭਾਈ ਘਰੋਂ ਬੱਚਿਆਂ ਦਾ ਫੋਨ ਆਇਆ ਸੀ ਤੁਹਾਡੇ, ਪਤਾ ਨਹੀਂ ਛੋਟਾ ਭਾਈ ਸੀ, ਉਹ ਕਹਿੰਦਾ ਸੀ ਭਾਜੀ ਜਰਾ ਕੇ ਸਟਾਰਟਿੰਗ ਕਰ ਦਿਓ ਚੈਨਲਾਂ ਦੀ। ਕੋਈ ਨਾ, ਮੈਂ ਕਰ ਲਾਂਗਾ, ਘਰ ਜਾ 200 ਰੁਪਈਆ ਲਿਆ ਕੇ ਦੇ। ਨਹੀਂ 200, ਇੱਕ ਮਿੰਟ ਬਹਿ ਜਾ, ਇਹਨੂੰ ਕੱਲ ਹੀ ਭੇਜਣ ਡਿਆ, ਇਹ ਤਾਂ 100 ਲੈਣ ਗਿਆ ਕਿਤੇ ਡਿੱਗ ਪੈਣਾ। ਤੁਹਾਡੀ ਮਿਹਰਬਾਨੀ, ਤੁਸੀਂ ਆਪ ਉੱਠੋ, 2000 ਰੁਪਈਆ ਦਿਓ ਲਿਆ ਕੇ। ਉਹ ਭਾਈ 200 ਰੁਪਈਆ ਫੀਸ ਦਾ ਆ, ਤੈਨੂੰ ਕਿੱਦਾਂ ਮੈਂ ਤੈਨੂੰ 2000 ਦੇ ਦਵਾਂ? ਵੱਡਾ ਮੁੰਡਾ ਆ ਮੇਰਾ ਵੀ, ਤੈਨੂੰ ਮੈਂ ਕਾਲਜ ਪਾਇਆ, ਤੂੰ ਜਾਣਾ ਆ, ਕਿਤਾਬਾਂ ਲੈਣੀਆਂ ਤੂੰ। ਸਾਰਾ ਟੱਬਰ ਤੁਸੀਂ ਕੇਬਲ ਦੇਖਦੇ, 200 ਬਣਦਾ? ਜਿੰਨਾ ਮਰਜ਼ੀ ਟੱਬਰ ਵੇਖੀਏ, ਜਿੰਨਾ ਮਰਜ਼ੀ ਵੇਖੀਏ, ਲੈ ਸਾਫ ਕੇਬਲ ਆਉਂਦੀ ਆ। ਤੁਸੀਂ ਪੈਸੇ ਦੇਣ ਵਾਲੀ, ਤੁਸੀਂ ਇੱਦਾਂ ਕਰਨ ਲੱਗ ਪੈਂਦੇ। ਦੂਸਰਿਆਂ ਵਾਲੀ ਬਹੁਤ ਘਟਾ ਆਉਣ ਡਿਆ ਹੈ ਨਾ ਵੀ, ਹਨੇਰੀ ਆਉਣ ਡਈ ਆ, ਦੂਸਰੇ ਕੇਬਲਾਂ ਦੇ ਵਿੱਚ ਸਾਰੇ ਸਾਫ ਆਉਣ ਡਈ ਆ, ਗਾਣਾ ਸੁਣ ਲਿਆ ਨਈ ਦਫ਼ਤਰ ਦਾ, ਗਾਣਾ ਲੱਗਾ, ਮੈਂ ਕਿਹਾ ਕਿਆ ਬਾਤ ਆ, ਠੀਕ ਹੈ ਕਿ ਨਹੀਂ? ਜਦੋਂ ਗਾਣਾ ਖਤਮ ਹੋਇਆ ਤਾਂ ਬਾਅਦ ਚ ਪਤਾ ਲੱਗਾ ਉਹ ਰੇਸ਼ਮਾ ਗਾਉਣ ਡਈ।
ਮੈਂ ਕਿਹਾ ਯਾਰ ਏਡਾ ਬੁਰਾ ਰਿਜ਼ਲਟ ਇਹਦਾ, ਤੁਹਾਡੀਆਂ ਅੱਖਾਂ ਦਾ ਰਿਜ਼ਲਟ ਬੁਰਾ ਵਾ, ਕਿਤੇ ਅੱਲਾ ਖੈਰ ਕਰੇ ਕਿਤੇ ਪਵਾਓ ਵਿੱਚ। ਭਾਈ ਰਿਜ਼ਲਟ ਹੀ ਤੁਹਾਡਾ ਬਹੁਤ ਬੁਰਾ ਆਉਂਦਾ ਆ। ਭਾਈ ਰਿਜ਼ਲਟ ਠੀਕ ਆਉਂਦਾ ਵਾ, ਮੈਂ ਹੁਣ ਕੀ ਰਿਜ਼ਲਟ? ਮੈਂ ਝੂਠ ਬੋਲਣ ਡਿਆ ਆ, ਮੈਂ ਝੂਠ ਬੋਲਦਾ ਆ ਭਾਈ? ਅਸੀਂ ਗਲਤ ਕਹਿਣ ਡਏ? ਕੱਲ ਮੈਚ ਦਾ ਉੱਥੇ ਦੇਖਣ ਡਏ, ਅਸੀਂ ਸਾਰੇ ਘਰ ਦੀ ਫੈਮਿਲੀ ਵੇਖਣ ਡਈ ਆ, ਠੀਕ ਆ ਕਿ ਨਹੀਂ? ਪਹਿਲਾਂ ਬਾਲ ਕਰਾਇਆ, ਦੂਸਰਾ ਬਾਲ ਕਰਾਉਣ ਲੱਗਾ, ਉਧਰੋਂ ਉਹ ਆਊਟ ਹੋ ਗਿਆ, ਉਧਰੋਂ ਇਹਨਾਂ ਦੀ ਕੇਬਲ ਚੱਲ ਗਈ। ਉਹ ਭਾਈ ਜਦੋਂ ਕੋਈ ਦਿਲਚਸਪ ਕੋਈ ਮੈਚ ਲੱਗਾ ਹੋਇਆ ਜਾਂ ਕੋਈ ਫਿਲਮ ਲੱਗੀ ਹੋਈ, ਇਹਨਾਂ ਦੀ ਕੇਬਲ ਚੱਲ ਜਾਂਦੀ। ਉਹ ਭਾਈ ਤੁਸੀਂ ਸਾਰੀ ਫੈਮਿਲੀ ਇਕੱਠੇ ਬੈਠੇ ਸੀ ਤਾਂ ਇੱਦਾਂ ਹੋਇਆ ਹੋਣਾ। ਸਾਰੀ ਫੈਮਿਲੀ ਕਿਉਂ ਇਕੱਠੀ? ਕੀ ਗੱਲ ਆ, ਉਹਨੂੰ ਪਤਾ ਲੱਗ ਜਾਂਦਾ ਕੇਬਲ ਨੂੰ ਫੈਮਿਲੀ ਇਕੱਠੀ ਬੈਠੀ, ਮੈਂ ਚੱਲ ਜਾਵਾਂ। ਉਹ ਐਡੇ ਰਸ਼ ਨਹੀਂ, ਉਹ ਕੇਬਲ ਤੇਰੀ ਪਰਦਾ ਕਰਦੀ ਆ ਵੀ ਉਹਦਾ ਅੰਦਰ ਜੇਠ ਬੈਠਾ ਹੁੰਦਾ ਤੇ ਤੁਸੀਂ ਉਹ ਸਹੁਰੇ ਵੱਲ ਆਉਂਦੀ ਆ। ਦੋ ਚਾਰ ਚਾਰ ਜਾਣੇ ਦੇਖ ਲਿਆ, ਦੋ ਚਾਰ ਜਾਣੇ ਕੇਬਲ ਤੇ ਬਹਿ ਕੇ ਵੇਖਣ ਡਏ ਆ, ਕੇਬਲ ਤਾਂ ਉੱਥੇ ਲੱਗੀ ਆ, ਜਿੰਨੇ ਮਰਜ਼ੀ ਵੇਖਣ। ਕੋਈ ਤਰੀਕਾ ਹੁੰਦਾ ਦੇਖਣ ਦਾ? ਤਰੀਕਾ ਕੀ? ਕੇਬਲ ਮੂੰਹ ਦੇ ਵਿੱਚ ਲੈ ਕੇ ਦੇਖ ਲੈ, ਅਵਤਾਰ ਮੂੰਹ 'ਚ ਲੈ ਲੈਣ, ਟੀਵੀ ਵੱਲ ਦੇਖੀ ਜਾਣ। ਹੱਦ ਹੋ ਗਈ, ਕੋਈ ਗੱਲ ਕਰਨ ਵਾਲੀ ਕਰੀ ਆ? ਫੀਸ ਦੇਣ ਵਾਲੀ ਤੁਸੀਂ ਗੱਲਾਂ ਸੁਣਾਉਣ ਡਏ ਆ, ਉਦੋਂ ਕਹਿੰਦੇ ਸੀ ਇੱਥੋਂ ਤਾਰ ਪਾ ਦਿਓ, ਇੰਜ ਕਰ ਦਿਓ, ਯੇ ਕਰ ਦਿਓ, ਵੋ ਕਰ ਦਿਓ। ਉਹ ਮੋਟੂ ਪਤਲੂ ਲਾਏ ਬੱਚਿਆਂ ਨੇ, ਮੈਂ ਬੈਠਾ ਮੈਂ ਵੀ ਵੇਖਣ ਲੱਗ ਪਿਆ। ਉਹ ਮੋਟੂ ਪਤਲੂ ਮੈਂ ਇੰਜ ਵੇਖਣ ਡਿਆ ਜਿਵੇਂ ਮੌਲਾ ਜੱਟ ਫਿਲਮ ਲੱਗੀ ਆ। ਤੇ ਮੋਟੂ ਪਤਲੂ ਜੇ ਬੱਚੇ ਦੇਖਦੇ ਤੁਹਾਨੂੰ ਦੇਖ ਲਿਆ ਕਰਨ? ਦੋਵਾਂ ਨੂੰ ਮਖੌਲ ਕਰਨ ਡਿਆ ਸਾਨੂੰ, ਤਮੀਜ਼ ਕਰ, ਅਤੇ ਤੁਸੀਂ ਵੀ ਫੀਸ ਅਦਾ ਕਰੋ। ਅਦਾ ਕਰ, ਜਾਣ ਤੇ ਲਿਆ ਕੇ 200 ਦੇ ਮੇਰੇ ਕੋਲ, ਮਿਲਕ ਸ਼ੇਕ ਪੀਤਾ ਤੂੰ 200 ਲਿਆ ਦੇ, ਆ ਕੇਬਲ ਦੀ ਫੀਸ 2 ਮਹੀਨੇ ਦੀ ਹੈ, 2000 ਰੁਪਇਆ ਦਿਓ ਲਿਆ ਕੇ। ਉਹ ਭਾਈ ਸਾਰੇ 200 ਦਿੰਦੇ ਆ, ਤੂੰ ਮੇਰੇ ਕੋਲ ਕਿੱਦਾਂ 2000 ਲੈ ਲੇਗਾ? ਉਹ ਭਾਜੀ 2000 ਹੀ ਆ, ਤੁਸੀਂ ਨਹੀਂ ਦੇਣੀ, ਮੈਂ ਘਰੋਂ ਲੈ ਲੈਣਾ। ਉਹ ਭਾਈ ਮੈਂ ਤਾਂ ਸਹੀ ਆ, ਫਿਰ ਮੈਨੂੰ ਘਰੋਂ ਨੂੰ ਦੋ। ਉਹ ਮੇਰਾ ਘਰ ਆ ਭਰਾਵਾ, ਮੈਂ ਦੇਣੇ ਉੱਥੇ ਪੈਸੇ? ਤੇ ਏਡੀ ਦੂਰ ਪਾਇਆ, ਕੀ ਕਮਜ਼ੋਰ ਆ ਕੰਧ ਉਹਦੀ? ਦੂਰ ਯਾਰ ਘਰ ਆ, ਮੈਂ ਤੈਨੂੰ ਕਹਿਣ ਡਿਆ ਆਪਣੀ ਘਰ ਬੈਠੇ ਆ ਵੀ ਪਲਾਟ ਆਪਣਾ ਆ ਵੀ ਆਪਣਾ ਆ, 3-4 ਪਲਾਟ ਅਸੀਂ ਲਏ ਭਰਾਵਾਂ ਨਾਲ ਰਲ ਕੇ। ਇੰਨੇ ਪਲਾਟ ਲਏ ਜਿੱਥੇ ਕੀ ਗੱਲ ਆ, ਵੇਖ ਤੈਨੂੰ ਲੱਗ ਰਿਹਾ ਠੰਡੀ ਹਵਾ 'ਚ ਬੈਠੇ? ਓਹ ਬਹੁਤ ਠੰਡੀ, ਕਹਿੰਦਾ ਤਾਂ ਬਰਫ਼ ਜੰਮੀ ਹੈ। ਬਰਫ਼ ਜੰਮੀ ਹੈ, ਕੀ ਗੱਲ? ਤੂੰ ਲਾਸ਼ ਲਾਉਣੀ ਹੈ ਵਿੱਚ? ਆਹ ਲਾ ਦੇ ਵਿੱਚ ਮੇਰੀ, ਜਿਉਂ ਲਾਸ਼ ਲਵਾਉਣ ਆਹ ਕਿਉਂ ਨਾ ਲਾਵਾਂ ਜਿਹੜੀ ਮੰਮੀ ਡੈਡੀ ਆ? ਆਹ ਆਖਰੀ ਕਿਸ਼ਤੀ ਚੱਲਣ ਡਈ, ਇਹਨੂੰ ਕਿਤੇ ਕੰਮ ਕਰਾਇਆ ਦਾ? ਗੱਲਾਂ ਕਰਨ ਡਿਆ, ਤੂੰ ਜਾ ਲਿਆ ਦੇ ਯਾਰ, ਇੱਕ ਮਿੰਟ ਠਹਿਰ ਜਾ ਭਾਈ, ਲਿਆ ਦੇ। ਰਾਤ ਨੂੰ 3 ਵਜੇ ਵੀ ਤੁਸੀਂ ਫੋਨ ਕੀਤਾ, ਮੈਂ ਉੱਠ ਕੇ ਆਇਆ ਵੀ ਯਾਰ ਇਹਨਾਂ ਦੀ ਕੇਬਲ ਸੈੱਟ ਕਰ। ਆਉਣਾ ਨਹੀਂ, ਆਉਣਾ ਨਹੀਂ, ਤੂੰ ਪੈਸੇ ਨਹੀਂ ਲੈਂਦਾ? ਪੈਸੇ ਬੜੇ, ਮੈਨੂੰ ਕਿਤੇ ਹਾਰ ਪਾ ਦਿੱਤਾ ਮੇਰੇ ਗੱਲ 'ਚ। ਬੱਚਿਆਂ ਨੂੰ ਅਸੀਂ ਤਨਖਾਹਾਂ ਦੇਣੀਆਂ, ਉਹ ਮੇਰੇ ਮਗਰ ਮਗਰ ਫਿਰਨ ਡਿਆ। ਤਨਖਾਹਾਂ ਐਡਾ, ਤੂੰ ਕਿਤੇ ਜੈਗਵਾਰ ਹੌਜ਼ਰੀ ਦਾ ਮਾਲਕ, ਤੂੰ ਤਨਖਾਹਾਂ ਦੇਣੀਆਂ? 200 ਆਪ ਇਕੱਠਾ ਕਰਦਾ ਫਿਰਦਾ ਆ, ਤੂੰ ਤਨਖਾਹਾਂ ਦੇਣੀਆਂ? ਕਿਹੜਾ 200? 1000 ਰੁਪਇਆ ਫੀਸ ਆ ਤੁਹਾਡੇ ਵੱਲ, ਡਬਲ ਫੀਸ ਆ 2 ਮਹੀਨੇ ਦੀ। ਰਜਿਸਟਰ ਫੜਿਆ ਟੂਟੀਆਂ ਲਾਉਣ ਵਾਲੇ ਫਿਰਦੇ ਹੁੰਦੇ, ਗੱਲਾਂ ਕਰਨ ਡਏ ਆ? ਗੱਲਾਂ ਨਾ ਕਰੀਏ ਹੁਣ ਯਾਰ, ਮੁੰਡੇ ਨੂੰ ਕਹਿ 200 ਰੁਪਈਆ ਦੇ, ਤੂੰ ਬਹਿ ਉੱਥੇ, ਮੈਂ ਘਰੋਂ ਲੈ ਲੈਣਾ ਫੀਸ ਤੁਹਾਡੇ। ਭਾਈ ਇੱਕ ਮਿੰਟ, ਔਰਤਾਂ ਘਰ ਕਿਹਨੇ ਕਰੋ? ਕੀ ਗੱਲ, ਅਲਫਲਾ ਬੈਂਕ ਨੂੰ ਅੰਦਰੋਂ ਕੋਈ ਗੇਟ ਰੱਖਿਆ ਵੀ ਉਧਰੋਂ ਲੰਘ ਜਾਣਾ, ਪੈਸੇ ਚੁੱਕ ਲਿਆ ਦੇਣਾ? ਨਹੀਂ ਵੀ ਤੁਹਾਡੇ ਕੋਲ ਨਹੀਂ ਹੈਗਾ, ਮੈਂ ਘਰੋਂ ਲੈ ਲੈਣਾ। ਮੈਂ ਦੇਣੇ ਆ ਤਾਂ ਹੁਣੇ ਘਰੋਂ ਲੈ ਲੈਣਾ, ਤੂੰ ਘਰੋਂ ਲੈ ਲੈਣਾ। ਅਸੀਂ ਬੜੀਆਂ ਜਰਾਬਾਂ ਦੀਆਂ ਫੈਕਟਰੀ ਲਾਈ ਹੈ ਨਾ ਵੀ, ਅੰਦਰ ਕੰਮ ਕਰੀ ਜਾ ਰਹੀ ਆ, ਉਦਾਂ ਦਾ ਕਹਿੰਦੀ ਹਰ ਕਮਰੇ ਚਲਾਉਣੀ, ਐਲਸੀਡੀ ਲਾ ਦੇਣੀ ਆ, ਲੱਗੀਆਂ ਆ। ਤੇ ਫਿਰ ਪੈਸੇ ਨਹੀਂ ਦੇਣ ਡਏ? ਪੈਸੇ ਤੈਨੂੰ 200 ਦੇਣ ਨਹੀਂ ਦਿਆ? 200 ਦੇਣ ਡਏ? ਅਸੀਂ ਜਿੰਨੀਆਂ ਮਰਜ਼ੀ ਲਾਈ ਐਲਸੀਡੀਆਂ, ਫਿਰ ਪੈਸੇ ਵੀ ਦਿਓ, ਐਲਸੀਡੀਆਂ ਲਾਈਏ ਜਾਣ। 200 ਰੁਪਏ ਦੇ ਕਾਹਦਾ? 200 ਕੀ ਰਜਾਈ ਭਰਾਈ ਆ ਮੇਰੇ ਕੋ? 200 ਰੁਪਈਆ ਦੇਣ ਡਏ? ਤੇ ਗੱਦੇ ਭਰਤੇ ਤੇਰੇ ਮੈਂ, ਤੁਹਾਡੇ ਕੋਲ ਨਹੀਂ ਹੈਗਾ? ਦੱਸੋ, ਮੈਂ ਬਾਜੀ ਹੋਣਾ ਕੋ ਲੈ ਲੈਣਾ ਯਾਰ। ਤੈਨੂੰ 1000 ਕਾਰਾ ਦੀ ਗਿੱਟੇ ਦਾ ਆਪਰੇਸ਼ਨ ਕਰਵਾਇਆ ਤੇਰੇ ਕੋ? ਮਹੀਨਾ ਕੇਬਲ ਨਹੀਂ ਦੇਖੀ? ਨਹੀਂ ਦੱਸਦੇ ਵੀ ਤੇ ਕੋਈ 7 ਟਾਂਕੇ ਲੋ ਆਏ ਆ, ਤੇਰੀ ਨਜ਼ਰ ਕਮਜ਼ੋਰ ਹੋ ਗਈ, ਐਡਾ ਬਰੀਕ ਕੰਮ ਕਰਵਾਇਆ ਤੇਰੇ ਕੋ? ਨਜ਼ਰ ਤੇ ਇਹਦੀ ਕਮਜ਼ੋਰ ਆ, ਮੈਨੂੰ ਕਹੀ ਜਾਣ ਡਿਆ? ਗੱਲਾਂ ਕਰੀ ਜਾਣਨੇ ਆ, ਜਾ ਉੱਥੇ 200 ਦੇ ਨੂੰ ਯਾਰ। ਠਹਿਰ ਜਾ, ਮੈਨੂੰ 200 ਦੇਈ ਜਾਣਾ ਕਿ ਲੱਸੀ? ਠਹਿਰ ਜਾ, ਮੈਂ ਠਹਿਰ ਜਾ, ਕੀ ਮੈਨੂੰ ਸਾਲਣ ਪਾਉਣ ਡਿਆ? ਮੈਂ 200 ਰੁਪਈਆ, ਠਹਿਰ ਜਾ, ਪਹਿਲੇ ਦਿਨ ਹੀ ਮੱਥੇ ਪਾ ਲੱਗਾ, ਤਬੀਅਤ ਆਵਾ ਯਾਰ ਕਰਦੀ ਮੈਨੂੰ, ਮੈਂ ਤੈਨੂੰ ਵੇਖਿਆ ਤਾਂ ਬਾਜ਼ਾਰ ਹੋ ਗਿਆ।
ਅੱਗੇ ਤੁਹਾਡਾ ਭਾਈ ਹੁੰਦਾ ਸੀ ਉਹ ਵਿਚਾਰਾ ਉਹਨੇ ਚੁੱਪ ਕਰਕੇ ਹਜ਼ਾਰ ਕੱਢ ਕੇ ਦੇ ਦੇਣਾ। ਲੈ ਹਜ਼ਾਰ ਕੱਢ ਕੇ ਦੇ ਦੇਣਾ, ਏਡਾ ਤੂੰ ਵਾਜੇ ਵਾਲਾ, ਤੂੰ ਉਹਨਾਂ ਨੂੰ ਗਾਣਾ ਸੁਣਾਉਂਦਾ ਨਾ ਇੱਥੇ ਲਿਆ ਕੇ, ਏਡੇ ਤਾਂ ਬਰੀਕ ਹੁੰਦੀ ਹੈ ਨਹੀਂ ਗਾਣਾ ਸੁਣਨ ਵਾਲੇ। ਭਾਜੀ ਕੇਬਲ ਤੁਹਾਡੀ ਆਉਂਦੀ ਨਹੀਂ, ਤੁਸੀਂ 10 ਮਿੰਟ ਅੱਖ ਲਾ ਲਓ ਤੁਹਾਡੀ ਪੈਸੇ ਲੈਣ ਆ ਜਾਂਦੇ। ਚਲੋ ਇੱਕ ਮਿੰਟ ਮੈਂ ਤੁਹਾਡੀ, ਤੁਸੀਂ ਪਤਾ ਕੀ ਕਰੋ ਯਾਰ, ਤੁਸੀਂ ਗੱਡੀ ਕਿੱਧਰ ਖਿਲਾਰੀ ਹੈ, ਗੱਡੀ ਅੱਜ ਇੱਥੇ ਕਿਉਂ ਖਿਲਾਰੀ, ਉੱਥੇ ਖਿਲਾ ਰੋ। ਉਹ ਸ਼ਾਹ ਜੀ ਉਹ ਡਰਾਈਵਰ ਇੱਧਰ ਹੀ ਖਿਲਾਰ ਕੇ ਨਾ, ਮੈਂ ਉਹਨੂੰ ਕਿਹਾ ਇੱਥੇ ਖਿਲਾਰ, ਇਹ ਗੱਡੀ ਤੁਹਾਡੀ ਹੈ ਮਾਸ਼ਾਅੱਲਾ ਨਵੀਂ ਲਈ ਭਾਜੀ ਹੁਣ, ਤੇ ਹਜ਼ਾਰ ਦਿੰਦੇ ਆ ਮੌਤ ਪੈਂਦੀ ਆ, ਉਹ 50 ਲੱਖ ਦੀ ਲੈ ਲਈ ਆ, ਉਹਦੇ ਟਾਇਰ ਲਾ ਦਈਏ ਤੈਨੂੰ ਕੇਬਲ ਦਿੱਤੀ ਸਾਨੂੰ, ਮੈਨੂੰ ਟਾਇਰ ਕਾਹ ਲਈ ਲਾ ਕੇ ਦੇਣੇ, ਜੇ ਤੂੰ ਸਾਨੂੰ ਕੇਬਲ ਦਿੱਤੀ ਉਹਦੇ ਟਾਇਰ ਲਾ ਦਿੰਦੇ ਆ, ਮੈਂ ਉੱਤੇ ਘੜਾ ਰੱਖਣਾ ਟਾਇਰਾਂ ਦੇ ਵੀ, ਮੈਨੂੰ ਕਹਿੰਦਾ ਟਾਇਰ ਲਾ ਦੇਵਾਂ, ਮੈਨੂੰ ਪੈਸੇ ਦੇ 1000 ਰੁਪਏ ਮੈਂ ਜਾਵਾਂ, ਹਲੇ ਸਾਰਾ ਇਲਾਕਾ ਫਿਰਨਾ ਮੈਂ। ਸੋਹਣੀ ਦਾ ਮਾਮਾ ਜਿਹੜਾ ਤੂੰ ਘੜਿਆ ਤੇ ਜਾਣਾ ਗੱਲਾਂ ਕਰ, ਜਾਂ 200 ਰੁਪਈਏ ਲਿਆ ਕੇ, ਤੁਸੀਂ 200 ਗੋਲੀ ਰੱਖੋ, ਤੁਸੀਂ ਹਲਕੀ ਜਿਹੀ ਚੌਂਕੜੀ ਖੋਲੋ ਕਿਤੇ ਤੁਹਾਡਾ ਐਲਾਨ ਨਾ ਹੋਈ, ਮੈਂ ਖੋਲੋ ਜ਼ਰਾ ਕਹਿੰਦੀ ਜਿਹੜਾ ਚੌਂਕੜੀ ਦਾ ਤੜਵਾਓ, ਮਖੌਲ ਕਰਨ ਆਇਆ ਵਾ, ਜਾਂ 200 ਰੁਪਇਆ ਦੇ ਉਹ ਭਾਈ ਮੈਨੂੰ 200 ਦੇਈ ਜਾਣਾ, ਕੀ ਗੱਲ ਮਾਲਿਸ਼ ਕਰਾਈ ਆ, ਮੈਂ ਘਰੋਂ ਲੈ ਲੈਣਾ ਫਿਰ ਤੁਹਾਡਾ ਨਹੀਂ ਹੌਸਲਾ ਪੈਂਦਾ ਭਾਈ, ਇੱਕ ਮਿੰਟ ਬਹਿ ਜਾ, ਤੇਰਾ ਕਿੰਨਾ ਜੋਬ ਹੋ ਰਿਹਾ, ਇਸ ਗੱਲ ਤੋਂ ਨਾ ਬਹੁਤ ਬੁਰੀ ਮਾਰ ਖਾਣੀ ਆ, ਆ ਘਰ ਆ ਤੁਹਾਡਾ ਕਿਹੜਾ ਦੂਰ ਆ, ਤੈਨੂੰ ਘਰ ਦਾ ਸਰਬਾਰਾ ਕਹਿਣ ਡਿਆ, ਤੈਨੂੰ ਅਸਰ ਨਹੀਂ ਹੁੰਦਾ ਵੀ ਆ ਮੈਂ ਕਹਿਣ ਡਿਆ ਵੀ ਤੈਨੂੰ 200 ਦੇਣਾ ਆ, ਤੂੰ ਫਿਰ ਕੀ ਕਹਿਣਾ, ਕਹੀ ਜਾਂਦਾ ਫੀਸ ਲੈਣ ਆਉਂਦੇ ਸੀ ਨਾਲ ਬਾਜੀ, ਹੁਣ ਸ਼ਰਬਤ ਦਾ ਗਲਾਸ ਵੀ ਪਿਲਾਉਂਦੇ ਸੀ, ਕਿਉਂ ਤੈਨੂੰ ਸ਼ਰਬਤ ਕਾਹਦੇ ਪਿਲਾਈ, ਜਲੂਸ ਚੋਂ ਕੱਢਿਆ ਤੈਨੂੰ, ਤੈਨੂੰ ਕਾਹਦੇ ਸ਼ਰਬਤ ਗਲਾਈਏ ਵੀ ਤੇ ਮਲਬਾ ਡਿੱਗ ਪਿਆ ਤੈਨੂੰ 500 ਹੇਠ ਥੱਲੇ ਕੱਢਿਆ, ਅਹਿਸਾਸ ਵੀ ਕੁਛ ਐ ਹੁੰਦੀ ਹੈ, ਅਹਿਸਾਸ ਜਾਂ 200 ਲਿਆ ਉਹ ਰਹਿਣ ਦੇ, 200 ਰੁਪਈਆ 200 ਹੀ ਮੈਨੂੰ ਦੇਈ ਜਾਣ ਡਿਆ ਕਿ ਜਾਲਾ ਲਾ ਕੇ ਹਟਿਆ ਤੇਰੇ ਕਮਰੇ ਚੋਂ, 200 ਰੁਪਈਆ ਦੇ ਦੇ ਇਹਨੂੰ, ਗੱਲਾਂ ਕਰਨੇ ਆ ਤੂੰ, ਮੇਰੇ ਕੋਲ ਤੂੰ ਸਾਈਕਲ ਠੀਕ ਕਰਾਇਆ 200 ਰੁਪਈਆ ਦੇ ਦੇ, 200 ਤੋਂ ਅੱਗੇ ਲਫ਼ਾ ਹੀ ਨਹੀਂ ਆਉਂਦਾ ਕੋਈ, ਚੰਗਾ ਬੰਦਾ ਯਾਰ ਤੂੰ, 200 ਥੋੜ੍ਹਾ ਆ ਤੇ ਭਾਜੀ, ਭਾਜੀ ਥੋੜ੍ਹਾ ਆ ਮਹਿੰਗਾਈ ਦਾ ਦੌਰ ਆ, ਜਾਂ ਇੱਦਾਂ ਕਰ ਆਹ ਮਕਾਨ ਨਹੀਂ ਜਿਹੜਾ ਆਪਣਾ ਪਰਲਾ, ਇਹਦੀ ਰਜਿਸਟਰੀ ਇਹਨੂੰ ਲਿਆ ਕੇ ਦੇ ਦੇ, ਇਹਨੇ ਕੇਬਲ ਦਿੱਤੀ ਹੈ ਸਾਨੂੰ, ਰਜਿਸਟਰੀ ਲਿਆ ਦੇਣੇ ਤੁਹਾਨੂੰ ਮਕਾਨ ਦੀ, ਭਾਜੀ ਮਕਾਨ ਦੀ ਰਜਿਸਟਰੀ ਰੱਖ ਲਓ, ਭਾਜੀ ਕੀ ਕਰਨ ਦਾ, ਨਹੀਂ ਨਹੀਂ ਮਕਾਨ ਦੀ ਰਜਿਸਟਰੀ ਲੈ, ਬੱਚੇ ਲੈ ਕੇ ਤੁਸੀਂ ਰਹੋ ਠੀਕ ਹੈ, ਅਸੀਂ ਅਸੀਂ ਪਾਰਕ 'ਚ ਰਹਿ ਰਹੇ, ਤੰਬੂ ਲਾ ਕੇ ਲੈ ਰਹੇ, ਕਿਉਂਕਿ ਬਿੱਲ ਬਹੁਤ ਚੜ ਗਿਆ ਸਾਨੂੰ, 2000 ਬਿੱਲ ਹੈਗਾ ਆ, ਘਰ ਕੋ ਨੋਟ ਹੈ ਨਹੀਂ ਵੱਡਾ, ਇੱਥੇ ਕੀ ਟਿਕੇ ਨੋਟ 'ਤੇ ਬਿਸਤਰਾ ਕਰਨਾ ਤੂੰ, ਤੂੰ ਨੋਟ 'ਤੇ ਸੌਣਾ ਆ, ਬਣਦਾ ਤਾਂ ਤੇਰਾ 200 ਆ, ਮੇਰਾ ਕਾਹਦਾ 200 ਬਣਦਾ, ਮਿਲਣੀ ਕੀਤੀ ਹੈ ਮੇਰੇ ਨਾਲ ਵੀ 200 ਹੀ ਬਣਦਾ, ਇਹ ਤਾਂ ਵੱਧ ਦੇ ਜਾਂਗੇ ਹੱਥ ਸੌਂ ਜਾਣਾ ਤੇਰਾ, ਜਾਂ 200 ਰੁਪਏ ਦੇ, ਓਏ ਤੂੰ ਬਹਿ ਜਾ, ਇਹਨੂੰ ਕਿਤੇ 200 ਤੋਂ ਅੱਗੇ ਚੁੱਕ, ਚੱਲ ਇਹਨੂੰ 250 ਜਾ ਲਿਆ, ਤੂੰ ਰੱਖ 250 ਮੈਂ ਆਪ ਹੀ ਲੈ ਲੈਣਾ ਉਹਨਾਂ ਦੇ ਕੋਲੋਂ, ਓ ਭਾਈ ਇੱਥੇ ਬਹਿ ਜਾ, ਤੇਰਾ ਕਿੰਨਾ ਜੋਬ ਖੁੱਲਿਆ, ਬਾਰ ਬਾਰ ਉਧਰ ਨੂੰ ਜਾ ਰਿਹਾ ਬਾਜੀ, ਉਹਨਾਂ ਕੋਣਾ ਨਾਲ ਉਹਨੇ ਸ਼ਰਬਤ ਪਿਆਉਣਾ ਕਿਸ ਟਾਈਮ, ਰੋਟੀ ਪੱਕੀ ਉਹਨਾਂ ਕਹਿਣਾ ਆ ਵੀ ਖਾ ਲਾ ਉਹ ਵੀ ਖਾ ਲੈਣੀ, ਆ ਤੂੰ ਤਾਂ ਫੀਸ ਵਾਰੀ, ਤੇਰੀ ਤਾਂ ਜਾਨ ਨਿਕਲੀ ਪਈ ਹੈ, ਉਹ ਆਏ ਨਹੀਂ ਉਹ ਪਾਣੀ ਲਾਉਣ ਵਾਲੇ, ਆਏ ਸੀਗੇ ਅੱਗੇ ਲਾ ਕੇ ਚਲੇ ਗਏ, ਬੂਟਾ ਮਾਲੀ ਨਹੀਂ ਆਇਆ, ਬੂਟਾ ਉਹ ਨਹੀਂ ਆਇਆ, ਬੂਟੇ ਮਾਲੀ ਨੂੰ ਆ ਜਾਣਾ ਚਾਹੀਦਾ ਸੀ ਯਾਰ, ਕਿੱਥੇ ਆਉਣਾ ਉਹਨੇ, ਉਹਨੂੰ ਵੀ ਵਿਚਾਰੇ ਨੂੰ ਤਨਖਾਹ ਨਹੀਂ ਦਿੱਤੀ ਹੋਣੀ, ਉਹਨੂੰ ਕਿਤੇ ਗੱਲ ਸੁਣਾ ਦਿੱਤੀ ਹੋਣੀ, ਇਹਨੂੰ ਕਿਤੇ ਗੋਲੀ ਦੇ ਦਿੱਤੀ ਹੋਣੀ, ਇੱਦਾਂ ਹੀ ਅੱਲਾ ਦੀ ਸਪੁਰਦ, ਉਹ ਤਨਖਾਹ ਲੈਂਦਾ ਆ ਤੁਹਾਡੇ ਕੋਲ ਮਹੀਨੇ ਦੀ 25,000 ਰੁਪਈਆ, ਓਏ ਹੋਏ 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 25,000 ਤੁਸੀਂ 25 ਦੇਣ ਵਾਲੇ, ਹਾਂਜੀ ਹਾਂ, ਅੱਲਾ ਖੈਰ ਕਰੇ, ਤੁਹਾਡੇ ਕੋਲ ਤਾਂ 200 ਤੋਂ ਵੱਧ ਨਾਂ ਨਹੀਂ ਆਉਂਦਾ, ਤੁਸੀਂ 25,000 ਕਿੱਥੋਂ ਯਾਦ ਕਰ ਲਿਆ, ਵੀਰੇ ਜਿੰਨੇ ਤੇਰੇ ਪੈਸੇ ਬਣਨੇ ਤੈਨੂੰ ਉਨੇ ਹੀ ਦੇਣੇ ਆ, 2000 ਮੇਰਾ ਬਣਨ ਡਿਆ, ਮੈਂ ਗਲਤ ਕਹਿਣ ਡਿਆ, 2000 ਕਾਹਦਾ ਬਣਦਾ ਹੈ, 2 ਮਹੀਨੇ ਦੀ ਫੀਸ ਆ, ਕੀ ਗੱਲ ਆ, ਪੂਰੇ ਕਮਰੇ ਦੀ ਵਾਇਰਿੰਗ ਕੀਤੀ ਆ ਤੂੰ, ਜਦ ਉਤਲਾ ਕਮਰਾ ਸਫੇਦੀ ਕੀਤਾ ਹੈ, ਚੈਨਲ ਤੇਰਾ ਸਹੀ ਨਹੀਂ ਆਉਣ ਡਿਆ, ਕੁਸ਼ਤੀਆਂ ਉੱਥੇ ਸਹੀ ਨਹੀਂ ਲੱਗਦੀਆਂ ਹੈਗੀਆਂ, ਰਾਤ ਨੂੰ ਫਿਲਮ ਦੇਖਣ ਨੂੰ ਦਿਲ ਕਰਦਾ ਹੈ, ਫਿਲਮ ਲਾਈਏ ਕੁਛ ਹੋਰ ਲੱਗ ਕੁਛ ਹੋਰ ਜਾਂਦੀ ਹੈ, ਐਂ ਗੱਲ ਆ ਵੀ ਲਾਈਏ ਕੁਛ ਹੋਰ ਲੱਗ ਕੁਛ ਹੋਰ ਜਾਂਦਾ, ਤੁਹਾਡੀਆਂ ਅੱਖਾਂ ਨਹੀਂ ਕੰਮ ਕਰਦੀਆਂ, ਅੱਖਾਂ ਨਹੀਂ ਕੰਮ ਕਰਦੀ, ਦਾਦੀ ਇੰਨਾ ਦਿਲ ਕਰੇ ਮੈਂ ਇੰਡੀਆ ਦੀ, ਮੈਂ ਕਿਹਾ ਕੋਈ ਫਿਲਮ ਦੇਖੀਏ ਯਾਰ, ਲਾਹੌਰ ਦੇ ਨਾਲ ਅੰਦਰ ਹੋ ਜਾਣਾ ਸੀ ਇੰਡੀਆ ਦੇ, ਲਾਹੌਰ ਦੇ ਨਾਲ ਹੀ ਤਾਂ ਹੈਗਾ, ਕਿਹੜਾ 21 ਦਿਨ ਲੱਗਦੇ ਗੱਲਾਂ ਕਰਨ ਡਿਆ।
ਵੱਡੀ LED ਹੈਗੀ ਆ, ਸਮਝ ਲੱਗੀ ਕਿ ਨਹੀਂ? ਔਰ ਨੁੱਕਰ ਦੇ ਵਿੱਚ ਕਾਰਟੂਨ ਲੱਗੇ ਹੁੰਦੇ ਆ, ਦੂਸਰੀ ਨੁੱਕਰ ਦੇ ਵਿੱਚ ਫਿਲਮ ਲੱਗੀ ਹੁੰਦੀ ਹੈ, ਇੱਕ ਨੁੱਕਰ 'ਚ ਡਰਾਮਾ ਲੱਗਾ ਹੁੰਦਾ। ਤੂੰ ਚੰਗਾ ਸਾਡੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਮੈਂ ਪਰਸੋਂ ਕਿਹਾ, ਮੈਂ ਕਿਹਾ ਯਾਰ ਬੱਚਿਆਂ ਨੂੰ ਬੁਲਾਇਆ, ਮੈਂ ਕਿਹਾ ਇਹ LED ਖਰਾਬ ਹੋ ਗਈ ਤੁਹਾਡੀ। ਉਹ ਬੱਚਿਆਂ ਨੇ ਕਿਹਾ, ਉਹਨੂੰ ਕਿਹਾ ਨਹੀਂ ਪਾਪਾ ਜੀ ਇੰਜੀ ਚੱਲਦੀ। ਮੈਂ ਕਿਹਾ ਸਾਡੇ ਖਰਾਬ ਹੋ ਗਈ। ਉਹ ਮਿਸਤਰੀ ਨੂੰ ਭਰਾਵਾ ਬੁਲਾਇਆ, ਜਾ ਕੇ LED ਮੈਂ ਦਿੱਤੀ। ਜਦੋਂ ਉੱਥੇ ਲਾਇਆ ਤਾਂ ਉਹਨਾਂ ਦੀ ਕੇਬਲ ਸਾਫ਼ ਸੀ, ਉਹ ਬੜੀ ਸੋਹਣੀ ਚੱਲਣ ਡਈ ਹੈ। ਉਹਨੇ ਮੇਰੇ ਕੋਲ ਵੈਸੇ ਹੀ ਪੈਸੇ ਲੈ ਲਏ 3500 ਰੁਪਈਆ, ਅਤੇ ਮੈਂ ਕਿਹਾ ਯਾਰ ਇਹ ਇੱਥੇ ਸਹੀ ਚੱਲਦੀ। ਕਹਿੰਦਾ ਭਾਅ ਜੀ ਨਹੀਂ, ਉੱਥੇ ਉਹ ਖਰਾਬ ਆ ਕੇਬਲ, ਜੇ ਵੋ। ਮੈਂ ਕਿਹਾ ਸਾਡੇ ਕੋਲ ਤਾਂ ਪੈਸੇ ਲੈ ਕੇ ਜਾਂਦਾ, ਇਹਦੇ ਜਿਵੇਂ ਲਿਜਾਣ ਦਾ ਹੱਕ ਆ। ਅਤੇ ਤੁਸੀਂ ਪਹਿਲਾਂ ਆਪਣੀ ਕੇਬਲ ਸੈੱਟ ਕਰ, ਲਾਉਣਾ ਤੂੰ ਕੁਛ ਆ, ਲੱਗ ਕੁਛ ਹੋਰ ਜਾਂਦਾ। ਉਹ ਭਰਾਵਾ ਤੁਸੀਂ ਰਿਮੋਟ ਨਾਲ ਸੈੱਟ ਕਰਨੀ ਹੁੰਦੀ ਆ, ਰਿਮੋਟ ਨਾਲ ਸੈੱਟ ਕਰਦੇ ਆ। ਇੰਨਾ ਸੈੱਟ ਕਰਨਾ ਵੀ 8-8 ਚੈਨਲ ਇੱਕੋ ਵਾਰੀ ਚੱਲੀ ਜਾਂਦੇ ਆ। ਉਹ ਜਾਫਰ, ਉਹ ਮੁੰਡਾ ਕੰਮ ਵਾਲਾ ਆ ਗਿਆ। ਜਾਫਰ ਜੀ ਬਾਊ ਜੀ, ਉਹ ਯਾਰ ਇਹਨੂੰ 250 ਰੁਪਈਆ ਲਿਆ ਕੇ ਦੇ। ਉਹ ਮੈਨੂੰ ਭਰਾਵਾ ਇੱਕ ਮਿੰਟ ਠਹਿਰ ਜਾ, ਕਹਦਾ ਮੈਨੂੰ 250 ਦੁਬਈ ਜਾਣ ਡਿਆ ਭਾਈ। ਮੈਨੂੰ 250 ਦੁਬਈ ਨੇ ਨਾਸ਼ਤਾ ਮੰਗਾਇਆ ਮੇਰੇ ਕੋਲ, ਕਿਉਂਕਿ ਨਾਨ ਚਣੇ ਮੰਗਾ ਲਿਆ ਤੁਸੀਂ। ਤੈਨੂੰ ਕੀ ਦੇ ਰਹੀ ਹੈ? ਮੈਨੂੰ 2000 ਰੁਪਈਆ ਦਿਓ। 2000 ਤੈਨੂੰ ਕਾਹਦਾ ਦੇ ਰਹੀ ਹੈ, ਕੀ ਗੱਲ ਆ? 2 ਮਹੀਨੇ ਦੇਖੀ ਨਹੀਂ ਕਿਹਾ, ਪਾਣੀ ਦਿੰਦਾ ਆ ਵੀ ਤੂੰ ਰੋਜ਼ਾਨਾ 6 ਕੈਨ ਦੇ ਕੇ ਜਾਂਦਾ ਪਾਣੀ ਵਾਲੇ, ਮਹੀਨੇ ਬਾਅਦ ਹਿਸਾਬ ਕਰਦਾ। ਸਾਰੀ ਰਾਤ ਦੇਖ ਦੇਗਾ, ਅੱਖਾਂ ਥੱਲੇ ਹਲਕੇ ਪੈ ਗਏ ਆ। ਇਹਦਾ 2000 ਦਿੰਦਿਆਂ ਮੌਤ ਪੈਂਦੀ, ਗੱਲਾਂ ਕਰਨ ਰਿਹਾ ਆ। ਜਾਂ ਫਿਰ ਇਹਨੂੰ 250 ਰੁਪਈਆ ਨਾ ਉੱਥੋਂ ਦੇ। ਅੱਛਾ ਜੀ, ਭਾਈ ਦੇ ਦਿੰਦੇ। ਇਹਨੇ ਕੋਲ ਹੀ ਰੱਖ, 250 ਮੇਰੇ ਵੱਲੋਂ, 125 ਤੂੰ ਰੱਖ ਲਾ, 125 ਇਹਨੂੰ ਦੇ ਦੇ ਕੋ, ਆਪਣੀ ਦਵਾਈ ਲਵੋ। ਇਹਨੂੰ ਦਿਖਦਾ ਕੱਖ ਨਹੀਂ, ਤੈਨੂੰ ਅਕਲ ਕੱਖ ਨਹੀਂ। ਉਹ ਭਰਾਵਾ ਅਸੀਂ ਹੋਰ ਵੀ ਕੰਮ ਕਰਨਾ, ਮਹਿਮਾਨ ਆਉਣ ਡਏ ਆ, ਤੂੰ 250 ਲੈ ਕੇ ਨਿਕਲ ਹੁਣ। ਮੈਂ ਵਿਹਲਾ ਵਾਂ ਵੀ ਹੋਰ ਕੰਮ ਕਰਨੇ। ਉਹਨਾਂ ਨੇ ਆਉਣਾ, ਚੋਰੀ ਆਏਗਾ ਨਾ ਤਾਂ ਉਹਦੀ ਗੱਡੀ ਗੁੱਡੀ ਜਿਹੜੀ ਹੈ ਨਾ, ਹਾਂਜੀ, ਉਹ ਅੰਦਰ ਗਰਾਜ 'ਚ ਲਵਾ ਦੇਵੀ। ਠੀਕ ਆ ਬਾਊ ਜੀ, ਲਵਾ ਦੇ। ਕਿਉਂਕਿ ਉਹਨਾਂ ਨੇ ਕਿਤੇ ਜਾਣਾ ਹੈਗਾ ਆ, ਅਤੇ ਉਹਨਾਂ ਨੂੰ 2-4-5 ਘੰਟੇ ਲੱਗ ਜਾਣੇ, ਉਹ ਗੱਡੀ ਮੇਰੀ ਖੜੀ ਹੈ, ਲੈ ਜਾਣਗੇ। ਠੀਕ ਹੋ ਗਿਆ ਬਾਊ ਜੀ, ਗੱਡੀ ਬਾਹਰ ਖਿਲਾ ਰਹੇ ਹੋ ਤਾਂ ਪੈਸੇ ਨਾ ਦਿਓ ਕੇਬਲ ਦੇ, ਅਤੇ ਇਹਨੂੰ 250 ਰੁਪਈਆ ਲਿਆ ਕੇ ਦੇ। ਉਹ ਮੈਨੂੰ ਕਾਹਦਾ 250 ਦੇਈ ਜਾਣ ਡਿਆ ਭਰਾਵਾ, 250 ਤੋਂ ਅੱਗੇ ਕੀ ਗੱਲ, ਕਿ ਗੋਤਾ ਇਹਦਾ ਜ਼ਬਾਨ ਨੂੰ। 2000 ਰੁਪਈਆ ਨੂੰ ਕਹਿ ਦੇ, 2000 ਤੈਨੂੰ ਕਾਹਦਾ ਦੇਈਏ ਯਾਰ, ਕੇਬਲ ਦਾ ਦੇ ਦੇ। ਮੈਂ ਕੇਬਲ ਦਾ ਕਿਹੜੇ, ਤੇ ਕੋਈ 15 ਟੈਸਟ ਕਰਵਾਏ ਅਸੀਂ, ਬਲੱਡ ਟੈਸਟ ਲਹਿਦਾ ਕਰਵਾਇਆ, ਯੂਰੋ ਟੈਸਟ ਲਹਿਦਾ ਕਰਵਾਇਆ, ਤੇ ਕੋਈ ਕਿਹੜੇ ਇੰਨੇ ਟੈਸਟ ਕਰਵਾ ਲਏ, ਤੈਨੂੰ ਇੰਨੇ ਪੈਸੇ ਦੇਈਏ, ਦੱਸ ਮੈਨੂੰ ਕਾਹਦੇ ਪੈਸੇ ਦੇਈਏ। ਉਦੋਂ ਬੱਚੇ ਕਹਿੰਦੇ ਜੀ ਪਾਪਾ ਘਰ ਹੈ ਨਹੀਂ, ਕੱਲ੍ਹ ਨੂੰ ਆ ਜਾਓ, ਪਰਸੋਂ ਨੂੰ ਆ ਜਾਓ, 7 ਚੱਕਰ ਉਹ ਲਵਾ ਤੇ, ਅੱਜ ਅਗਰ ਮਿਲੇ ਮਿਲੇ ਆ ਤੇ ਉਹ ਕਿਲਕਲਿਆਣ ਪਾ ਦਿੱਤੀ ਆ। ਜਾ ਕੰਮ ਕਰ, ਜਾ ਕੇ ਇਹਨੂੰ ਨਾ 250 ਰੁਪਈਆ। ਉਹ ਭਾਈ ਠਹਿਰ ਜਾ, 250 ਕਾਹਦਾ, 250 ਰੱਟ ਲਾ ਲਈ ਤੇ ਅੰਦਰ ਤੇਰੇ ਕੇਸਟ ਫਸ ਗਈ 250 ਵਾਲੀ, ਤੇਰੇ ਕੋਲ ਨਹੀਂ ਹੈਗਾ 250, ਮੈਨੂੰ ਕਹਦਾ ਮੈਂ। ਯਾਰ ਤੇਰਾ ਬਣਦਾ ਹੀ 250 ਆ, ਮੈਂ ਤੈਨੂੰ ਕੋਈ 10000, ਮੈਂ ਤੇਰਾ ਬਾਜੀ ਹੁਣਾਂ ਕੋਲ ਲੈ ਲੈਣਾ, ਤੂੰ ਰਹਿਣ ਦੇ। ਬਹਿ ਜਾ ਯਾਰ ਭਾਈ, ਇਸੇ ਕੰਮ ਲਈ ਰੱਖਿਆ, ਮੇਰੀ ਕੂਣੀ ਫੜਨ ਲਈ ਰੱਖਿਆ ਹੈ? ਇਹ ਤਾਂ ਕਿਤੇ ਪਾਣੀ ਤਰਾਉਂ, ਕਿਤੇ ਬੁੱਸ ਨਾ ਜਾਵੇ ਇਹ। ਤੇਰੇ ਨਾਲ ਕਹਿੰਦਾ ਐਵੇਂ ਥੱਪੜ ਖਾ ਲੈਂਦਾ ਹੁੰਦਾ ਨਾ, ਗੱਲ ਨਾ ਬਾਤ ਭਾਈ ਜੀ, ਤੁਸੀਂ ਕੱਲ੍ਹ ਹੀ ਥੱਪੜਾਂ ਵਾਲੀ ਗੱਲ। ਨਹੀਂ ਫਿਰ ਤੂੰ ਕੋਈ ਮਿੰਟ ਬਾਅਦ ਕਹਿੰਦਾ ਘਰੋਂ ਲੈ ਲੈ, ਦੇਣੇ ਮੈਂ ਕਰਕੇ ਘਰ ਕਿਹੜੀ, ਉੱਥੇ ਮੇਰੀ ਗੋਲਿਆਂ ਦੀ ਰੇਹੜੀ ਲਾਈ ਹੈ ਮੇਰੀ ਘਰ ਵਾਲੀ ਨੇ, ਜੋ ਤੁਹਾਡੇ ਹਾਲਾਤ। ਨਹੀਂ ਦੱਸ, ਮੈਨੂੰ ਦੱਸ ਦੇ ਵੀ ਉਹ ਤੂੰ, ਉਹਨੇ ਮੁਰਗੇ ਵਾਲੇ ਕੋਈ ਫੱਟਾ ਲਾਇਆ, ਉਹ ਮੁਰਗੀਆਂ ਕਰਦੀ ਆ, ਉਹ ਮੁਰਗੀਆਂ ਕਰਦੀ, ਹੱਦ ਹੋ ਗਈ ਆ ਵੀ। ਨਹੀਂ ਭਾਈ ਜੀ, ਤੁਸੀਂ ਉਹਨੂੰ 250 ਰੁਪਈਆ ਲੈ ਆਇਆ। ਇੱਕ ਮਿੰਟ ਭਰਾਵਾ, ਤੂੰ 250 ਦੇ ਮਗਰ ਪੈ ਗਿਆ, ਤੇਰੀ ਖੈਰ ਹੋ ਗਈ, ਕੋਈ ਹੋਰ ਵੀ ਲਫਾ ਜੀ ਮੂੰਹੋਂ ਖੱਡ ਲੱਗਦੇ। ਕੇਬਲ ਤੇਰੀ ਦਾ ਬੇੜਾ ਕਰਕੇ ਆਇਆ, ਉਹਨੂੰ ਤਾਂ ਪਹਿਲਾਂ ਸਾਫ਼ ਕਰ ਕੇਬਲ ਨੂੰ। ਸਾਫ਼ ਉੱਤੇ ਕੀ ਗੱਲ, ਮੈਂ ਪਿਛਲੇ ਜੁੰਮੇ ਦੀ ਕੇਬਲ ਗਈ ਆ, ਮੰਗਲ ਵਾਲੇ ਦਿਨ ਆਈ ਆ, ਕਿ ਸਹੁਰਿਆਂ ਨੂੰ ਮਿਲਣ ਗਈ ਸੀ ਕੇਬਲ, ਧੀ ਧਿਆਣੀ ਆ, ਵੀ 4 ਦਿਨ ਉਹਨੂੰ ਬਾਹਰ ਭੇਜ ਦਿੰਦਾ ਤੂੰ। ਜਦੋਂ ਪੈਸੇ ਨਹੀਂ ਦੇਣੇ ਤੇ ਇਦਾਂ ਦਾ ਕੰਮ ਹੋਣਾ, ਇਦਾਂ ਦਾ ਕੰਮ, ਐਡੀ ਬੇਹਦਾਦੀ ਤੇਰੀ ਕੇਬਲ, ਤੁਸੀਂ ਮੁਫ਼ਤ ਦੇਖਣ ਗਿਜੇ ਆ, ਪੈਸੇ ਦੇਈਦੇ ਆ। ਇਹਨੂੰ ਨਾ 250 ਰੁਪਈਆ, ਉਹ ਠਹਿਰ ਜਾ ਇੱਕ ਮਿੰਟ, 250 ਹੀ ਦੇਈ ਜਾਂਦਾ ਇਹ ਤੋਂ ਅੱਗੇ, ਪਤਾ ਨਹੀਂ ਕੀ ਗੱਲ ਤੈਨੂੰ ਗਸ਼ ਪਾ ਜਾਣੀ ਆ, 250 ਆ। ਪਰਸੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਬਾਹਰ ਕੇਬਲ ਕੱਢੋ, ਤੇਰਾ ਦੋਸਤ ਆਏ ਸੀ, ਮੈਚ ਲੱਗਾ ਸੀ, ਹਾਂਜੀ,
ਉਹ ਨਾ ਬੁੱਕ ਕਰਦੇ ਸੀ ਉਹੀ ਸ਼ੀਫੇ ਹੋਣੇ ਆ ਸ਼ੀਫੇ ਹਾਂਜੀ ਉਹਨਾਂ ਨੇ ਬਾਹਰ ਕੱਢਿਆ ਤੇ ਮੈਂ ਕਿਹਾ ਯਾਰ ਕੱਢ ਲਓ ਬਾਹਰ ਕੱਢਿਆ ਦੋ ਓਵਰਾਂ ਕੀਤੀਆਂ ਦੋ ਜਾਂ ਤਿੰਨ ਓਵਰਾਂ ਕੀਤੀਆਂ ਕੇਬਲ ਚਲ ਗਈ ਹੈ ਜਿਉਂ ਕੇਬਲ ਗਈ ਹੈ ਜਿਉਂ ਗਈ ਆ ਬੰਦੇ ਜਾ ਕੇ ਵਾਪਸ ਆ ਗਏ ਨੇ ਕਿ ਵੀ ਆਈ ਨਹੀਂ ਹੈਗੀ ਕੇਬਲ ਮੈਂ ਕਿਹਾ ਜੀ ਉਹ ਨਹੀਂ ਆਈ ਹੈਗੀ ਕਿੱਡੀ ਕਰਪਟ ਕੇਬਲ ਆ ਤੁਹਾਡੀ ਉਹ ਕਰਾਚੀ ਚਲ ਗਈ ਸੀ ਤਾਂ ਨਹੀਂ ਆਈ ਜਿਹੜੀ ਤੈਨੂੰ ਦੱਸ ਕੇ ਨਹੀਂ ਜਾਂਦੀ ਸਿਆਣਿਆਂ ਨੂੰ ਤਾਂ ਦੱਸ ਕੇ ਜਾਵੇ ਵੀ ਮੈਂ ਕਿੱਥੇ ਚੱਲੀ ਆ ਤੂੰ ਸਿਆਣਾ ਹੋਊਗਾ ਆਹ ਸਿਆਣਾ ਹੋਊਗਾ ਤੇਰੇ ਤੇ ਕੇਬਲ ਹੀ ਤੇਰੇ ਕਹਿਣੇ ਕਾਰਨ ਹੀ ਹੈਗੀ ਤੂੰ ਸੁੱਤਾ ਹੁੰਦਾ ਪੂਰਾ ਜੱਗ ਫਿਰ ਕੇ ਆ ਜਾਂਦੀ ਆ ਤੈਨੂੰ ਭਾ ਇਸ ਗੱਲਾਂ ਕੀ ਤੂੰ 2000 ਦੇ ਗੱਲਾਂ ਕਰਨ ਦੇ ਆ 2000 ਦੇ ਆਪਣੀ ਬਾਜੀ ਨੂੰ ਕੋਈ 250 ਇੱਕ ਮਿੰਟ ਬਾਜੀ ਨੂੰ ਮੇਰਾ ਦੱਸ ਬਾਜੀ ਨਹੀਂ ਮੈਂ ਬਹੁਤ ਦੀ ਗੱਲ ਮੰਨਣੀ ਆ ਨਾ ਸਾਡੀ ਗੱਲ ਕੀ ਮੈਂ ਤੈਨੂੰ ਕਿਤੇ ਧੱਕਾ ਦੇਣ ਲੱਗਾ ਮੈਂ ਜਿਹੜਾ ਨੌਕਰ ਆ ਜਿਹਨਾਂ ਦਾ ਤੇ ਮੇਰਾ ਮਾਲਕ ਆ ਤੂੰ ਇਹਨਾਂ ਦਾ ਨੌਕਰ ਹੈ ਤੇ ਤੂੰ ਤੁਸੀਂ ਕੇਬਲ ਵਾਲੇ ਆ ਇਹਨਾਂ ਦਾ ਨੌਕਰ ਆ ਇਹ ਕੇਬਲ ਜਿਹੜੀ ਲਵਾ ਕੇ ਨਾ ਜੋ ਜਾਣ ਵਾਲਿਆਂ ਦੀ ਕੇਬਲ ਲਵਾ ਨਹੀਂ ਸਾਡੀ ਕੇਬਲ ਨੂੰ ਕੀ ਗੱਲ ਰਾਤ ਨੂੰ ਚਾਹੁੰਦੀ ਹੈ ਸਾਨੂੰ ਨਹੀਂ ਚਾਹੀਦੀ ਕੇਬਲ ਤੇਰੀ ਨਹੀਂ ਸਾਡੀ ਕੇਬਲ ਰਾਤ ਨੂੰ ਚਾਹੁੰਦੀ ਹੈ ਸਾਨੂੰ ਨਹੀਂ ਚਾਹੀਦੀ ਤੂੰ 250 ਲੈਣਾ ਰੌਲਾ ਪਾਇਆ ਆਪਣੀ ਬਾਜੀ ਨੂੰ ਕਹਿ ਉਹਨੂੰ ਕਹੇ ਵੀ 250 ਉਹ ਠਹਿਰ ਜਾ ਇੱਕ ਮਿੰਟ ਬਾਜੀ ਨੂੰ ਤੂੰ ਮੈਂ ਆਪ ਹੀ ਲੈ ਲੂੰਗਾ ਬਾਜੀ ਕੋ ਭਾਅ ਜੀ ਸਾਡੀ ਕੇਬਲ ਨੂੰ ਕੀ ਗੱਲ ਹੋ ਗਈ ਅੱਖਾਂ 'ਚ ਪੈਂਦੀ ਹੈ ਰਾਤ ਨੂੰ ਐਡੀ ਅੱਛੀ ਕੇਬਲ ਚੱਲਦੀ ਨਹੀਂ ਯਾਰ ਤੈਨੂੰ ਤਮੀਜ਼ ਨਹੀਂ ਹੈਗੀ ਮੈਂ ਘਰ ਨਹੀਂ ਹੈਗਾ ਤੂੰ ਦਰਵਾਜ਼ਾ ਅੰਦਰ ਹੀ ਵੜੀ ਜਾਣਾ ਦਰਵਾਜ਼ਾ ਖੜਕਾਉਣ ਹੀ ਨਹੀਂ ਲਿਆ ਭਾਅ ਜੀ ਅੰਦਰ ਦੇਖ ਮੈਂ ਭਾਅ ਜੀ ਕਿੱਥੇ ਅੰਦਰ ਵੜਨ ਲੱਗਾ ਹਾਲ ਤਾਂ ਮੈਂ ਬੂਹੇ 'ਤੇ ਲੱਗ ਕੇ ਗਿਆ ਸੀ ਤੁਸੀਂ ਮੈਨੂੰ ਆਵਾਜ਼ ਦੇ ਲਈ ਆ ਪੁੱਛੋ ਭਾਅ ਜੀ ਹੁਣਾਂ ਨੂੰ ਨਹੀਂ ਸਾਨੂੰ ਐਡੀ ਮਹਿੰਗੀ ਭਾਈ ਬਾਰੇ 'ਚ ਨਹੀਂ ਹੈ ਮੈਂ ਜਦੋਂ ਵੀ ਉਹਨਾਂ ਕੋਲ ਆਉਂਦਾ ਮੈਂ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਮੈਨੂੰ ਕਦੇ ਸ਼ਰਬਤ ਪਿਲਾ ਕਦੇ ਜੂਸ ਪਿਲਾ ਤੈਨੂੰ ਸ਼ਰਬਤ ਕਾਹਦੇ ਪਿਲਾਉਣੇ ਕੀ ਗੱਲ ਕੀ ਹੈ ਮੇਰਾ ਭਾਅ ਜੀ ਉਹ ਅੰਦਰ ਬੈੱਡ ਬਾਹਰ ਕੱਢਦਾ ਆ ਝਾੜ ਕੇ ਫਿਰ ਅੰਦਰ ਰੱਖ ਦਿੰਦਾ ਆ ਮੇਰਾ ਭਾਅ ਜੀ ਉਹਨਾਂ ਨਾਲ ਤੱਲਾ ਗਾ ਬਕਵਾਸ ਬੰਦ ਕਰ ਨਹੀਂ ਮੈਂ ਇਹਨੇ ਭਰਾਵਾਂ ਵਾਲਾ ਮੈਂ ਪੁਰਾਣਾ ਉਹਨਾਂ ਜਾਂਦਾ ਭਾਅ ਜੀ ਉਹਨਾਂ ਭਰਾਵਾਂ ਵਾਲਾ ਤੱਲਾ ਗਾ ਮੈਂ ਪੁਰਾਣਾ ਉਹਨਾਂ ਜਾਂਦਾ ਭਾਅ ਜੀ ਆਪਣੀ ਬਾਜੀ ਨੂੰ ਕਹ 250 ਇੱਕ ਮਿੰਟ ਠਹਿਰ ਜਾ ਕੇ ਤੇ ਬਾਜੀ ਨੂੰ ਆ ਦੇਖ ਬਾਜੀ ਕਿਤੇ 250 ਵਾਲੇ ਨੋਟ ਬਣਾਉਂਦੀ ਹੈ ਵੀ ਉਹਨੂੰ 250 ਕਹੀ ਜਾਂਦਾ ਉਹਨੂੰ ਕਹ 2000 ਦੇ ਦੇ ਤੇ ਉਹ 250 ਲੈ ਕੇ ਨਾ ਤੇ ਆ ਉਹ ਇੱਕ ਮਿੰਟ ਠਹਿਰ ਜਾ ਤੂੰ ਨਾਂ ਲੈ ਕੇ ਨਾ ਇੱਕ ਮਿੰਟ ਠਹਿਰ ਜਾ ਮੈਂ ਆਪ ਹੀ ਲੈ ਲੈਣਾ ਮੈਂ ਲਾ ਲੂੰਗਾ ਓ ਭਾਈ ਕੀ ਹੋਇਆ ਚਾਹਣਾ ਤੇ ਜੋ ਹੀ ਖੁੱਲਿਆ ਤੇਰਾ ਨਸ ਜਾਂਦਾ ਉਦੋਂ ਨੂੰ ਓ ਗੱਤੇ ਵਾਲੀ ਚੁੰਡੀ ਵਰਗਾ ਮੂੰਹ ਇਹਦਾ ਪਿੰਡ ਮੈਂ ਗਿਆ ਪਿੰਡ ਆਪਣੇ ਕਿਹੜਾ ਪਿੰਡ ਆ ਤੁਹਾਡਾ ਪਿੰਡ ਸਾਡਾ ਬਡਾਲਾ ਨਾਲ ਹੀ ਆ ਬਡਾਲਾ ਮੈਂ ਉੱਥੇ ਗਿਆ ਅੱਛਾ ਜੀ ਤੇ ਕੇਬਲ ਵਾਲਾ ਆਇਆ ਮੈਂ ਉਹਨੂੰ ਆਵਾਜ਼ ਮਾਰੀ ਵੈਸੇ ਤੋਂ ਦੀ ਹਾਂਜੀ ਹਾਂਜੀ ਮੈਂ ਉਹਨੂੰ ਆਵਾਜ਼ ਮਾਰੀ ਮੈਂ ਕਿਹਾ ਉਰਾ ਉਹ ਮੈਂ ਜਦੋਂ ਕੇਬਲ ਵੇਖ ਰਿਹਾ ਸੀ ਨਾ ਤੇ ਕੇਬਲ ਬੜੀ ਸਾਫ਼ ਚੱਲੇ ਮੈਂ ਕਿਹਾ ਯਾਰ ਅਸੀਂ ਐਲ ਡੀ ਇੰਨੇ ਪੈਸੇ ਵੀ ਲਾਏ ਆ ਠੀਕ ਹੈ ਮਹਿੰਗੀ ਐਲ ਡੀ ਲੈ ਕੇ ਆਉਂਦੀ ਆ ਸੈਮਸੰਗ ਦੀ ਤੇ ਮੈਂ ਕਿਹਾ ਯਾਰ ਸਾਡਾ ਰਿਜ਼ਲਟ ਅੱਛਾ ਨਹੀਂ ਹੈਗਾ ਇਹ ਬੰਦਾ ਸੈਕਿੰਡ ਹੈਂਡ ਲੈ ਕੇ ਆਇਆ ਤੇ ਰਿਜ਼ਲਟ ਐਡਾ ਅੱਛਾ ਉਹ ਮੈਨੂੰ ਕਹਿੰਦਾ ਭਾਅ ਜੀ ਸਾਡੇ ਨਾ ਕੇਬਲ ਬੜੀ ਸਾਫ਼ ਆਉਂਦੀ ਹੈ ਕਹਿੰਦਾ ਯਕੀਨ ਕਰੋ ਬਾਰਿਸ਼ ਵੀ ਪੈਂਦੀ ਹੋਵੇ ਭਾਅ ਜੀ ਹਨੇਰੀ ਵੀ ਆਉਂਦੀ ਹੋਵੇ ਕੇਬਲ ਕਦੀ ਡਿਸਟਰਬ ਨਹੀਂ ਹੋਈ ਉਧਰ ਕੇਬਲ ਬਹੁਤ ਸਾਫ਼ ਆਉਂਦੀ ਹੈ ਸਾਡੇ ਤੇ ਜਿਹੜਾ ਲੈਣ ਵਾਲਾ ਮਰਨਾ ਗਿੱਠਾ ਜਿਹਾ ਬੌਣਾ ਜਿਹਾ ਮੈਂ ਕਿਹਾ ਉਹ ਹੀ ਮੈਂ ਕਿਹਾ ਉਹ ਹੀ ਨਹੀਂ ਹਟਦਾ ਉਹ ਬਹਾਨੇ ਪਾਈ ਜਾਂਦਾ ਹੈ ਚਾਰ ਚਾਰ ਦਿਨ ਕੇਬਲ ਨਹੀਂ ਆ ਰਹੀ ਵੇਖੋ ਇਹਨੂੰ ਬੰਦਾ ਪੁੱਛੇ ਲਾ ਜੁੱਤੀ ਲਵੇ ਵੀ ਚਾਰ ਦਿਨ ਕੇਬਲ ਦਾ ਕੀ ਕੰਮ ਆ ਘਰੋਂ ਗੈਰ ਨਿਕਲਣਾ ਫਿਰ ਤੁਹਾਡੇ ਵਾਲੀ ਨਹੀਂ ਆਉਂਦੀ ਹੋਰ ਸਾਰਿਆਂ ਵਾਲ 'ਤੇ ਆਉਂਦੀ ਆ ਤੁਹਾਡਾ ਤਲਕ ਨਹੀਂ ਠੀਕ ਹੋਣਾ ਕੇਬਲ ਨਾਲ ਤੁਹਾਨੂੰ ਵੈਸੇ ਤਮੀਜ਼ ਨਹੀਂ ਹੈਗੀ ਤੁਹਾਡੇ ਤੋਂ ਅੱਗ ਗਈ ਹੋਣੀ ਕੇਬਲ ਜਿਹੜੀ ਆਈ ਨਹੀਂ ਚਾਰ ਦਿਨ ਅੱਗ ਗਈ ਹੋਣੀ ਹੈ ਅੱਛਾ ਤੁਹਾਡੀ ਖੈਰ ਹੋਵੇ 2000 ਰੁਪਇਆ ਦਿਓ ਅੱਛਾ ਉਹਨੂੰ ਕਹੇ 250 ਰੁਪਇਆ ਦੇ ਹਾਂਜੀ ਉਹ ਠਹਿਰ ਜਾ ਇੱਕ ਮਿੰਟ 250 ਕੀ ਗੱਲ ਮੈਂ ਕਿਤੇ ਤਾਰ ਠਹਿਰ ਜਾ ਤੇਰੇ ਕੀ ਪੈਰ ਤੇ ਪੈਰ ਆ ਗਿਆ 250 ਹੀ ਠਹਿਰ ਦੇ ਤੈਨੂੰ ਕੀ ਮਤਲਬ ਉਹ ਸਾਲਣ ਪਾਉਣ ਡਿਆ ਵੀ ਬੰਦੇ ਆ ਲੈਂਦੇ ਫੇਰ ਪਾਵੀ ਐਡੀ ਗੁਰਬਤ ਆ ਗਈ ਨਹੀਂ ਮੈਨੂੰ ਦੱਸ ਦੇ 250 ਤੋਂ ਇਲਾਵਾ ਨਾ ਨਹੀਂ ਹੁੰਦਾ ਕਿਸੇ 250 ਤੋਂ ਇਲਾਵਾ 250 ਲੈਂਦੇ ਆ ਇੱਥੇ ਇਸ ਇਲਾਕੇ 'ਚ ਲੈਂਦੇ ਆ 250 ਇੱਥੇ ਤਾਂ ਮੰਗਣ ਵਾਲਾ 300 ਤੋਂ ਘੱਟ ਨਹੀਂ ਲੈਂਦਾ ਲੈ ਮੈਂ ਤੈਨੂੰ ਕਦੀ ਵੀ ਨਾ ਆਵੇਂ ਤੂੰ ਆਵੇਂ ਕੋ ਮੰਗਣ ਵਾਸਤੇ ਤੈਨੂੰ ਮੈਂ ਦਿੰਦਾ 300
ਮੈਂ ਕੋ ਮੰਗਣ ਵਾਲਾ ਵਾ ਤੇ ਹੋਰ ਮੰਗਣ ਵਾਲਾ ਹੀ ਆ ਤੇਰੇ ਤੋਂ ਮੰਗਣ ਵਾਲਾ ਚੰਗਾ ਜਿਹੜਾ 300 ਮੰਗਣ ਡਿਆ ਤੂੰ ਕੇਬਲ ਵਾਲਾ ਹੋ ਕੇ 250 ਮੰਗਣ ਡਿਆ ਅੱਛਾ ਉਹਨੂੰ ਕਹਿ ਵੀ ਇਹਨਾਂ 250 ਰੁਪਏ ਉਹ ਇੱਕ ਮਿੰਟ ਠਹਿਰ ਜਾ ਕੀ ਹੋ ਗਿਆ ਮੈਨੂੰ ਆ ਮਾਫੀ ਦੇ ਦੇ ਆ ਤੂੰ 250 ਮੂੰਹ 'ਚ ਫਸਾ ਲਿਆ ਕਿਤੇ ਤਖਤੀ ਪਾ ਲਈ 250 ਦੀ ਗੱਲ 'ਚ ਇਹ ਤੋਂ ਅੱਗੇ ਕੋਈ ਕੰਮ ਹੀ ਨਹੀਂ ਆਉਂਦਾ ਆ ਬਾਜੀ ਹੁਣਾਂ ਨੂੰ ਮੇਰਾ ਦੱਸ ਜਾ ਤੂੰ ਕਹਿ ਸਨੀ ਆਇਆ ਕੇਬਲ ਵਾਲਾ ਬਾਊਜੀ ਕੀ ਕਰਨਾ ਇਹਨੂੰ ਉਹਨੂੰ ਕਹਿ ਸਨੀ ਆਇਆ ਜਿਹੜੀ ਤੇਰੀ ਸਹੇਲੀ ਦੀ ਤੇਰੀ ਬਣੀ ਭੈਣ ਬਣੀ ਹਾਂਜੀ ਜਿਹੜੀ ਤੇਰਾ ਭਾਣਜਾ ਤੂੰ ਕਹਾ ਆਇਆ ਉਹ ਇੱਕ ਮਿੰਟ ਠਹਿਰ ਜਾ ਭਰਾਵਾ ਤੂੰ ਕਿੱਧਰ ਰਿਸ਼ਤੇਦਾਰੀਆਂ ਭਲਵਾਨ ਪਾਈ ਜਾਣ ਡਿਆ ਤੇਰੇ ਕੋਲ ਨਹੀਂ ਪੈਸੇ ਹੈਗਾ ਤੇ ਮੈਨੂੰ ਵੈਸੇ ਦੱਸ ਦੇ ਬਹਿ ਜਾ ਤੇਰੀ ਅੰਮੀ ਕਿਸ਼ਵਰ ਤੇ ਮੇਰੀ ਘਰ ਵਾਲੀ ਦੋਸਤ ਆਪ ਦੇ ਵਿੱਚ ਬਹੁਤ ਦੋਸਤ ਆ ਹੁਣ ਤੂੰ ਦੋਸਤ ਦਿਓ 1000 ਰੁਪਇਆ ਦੇ ਕਿਸ਼ਵਰ ਦਾ ਮੁੰਡਾ ਨਹੀਂ ਤੂੰ ਉਹ ਭਰਾਵਾ ਆਹ ਮੈਂ ਕਿਸ਼ਵਰ ਦਾ ਮੁੰਡਾ ਤੂੰ 2000 ਰੁਪਇਆ ਲਿਆ ਕਿਸ਼ਵਰ ਦਾ ਮੁੰਡਾ ਤੂੰ 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 ਵੀ ਉਹਦਾ ਹੀ ਆ ਏਡਾ ਓਏ ਹੋਏ ਹੋਏ ਕਰੀ ਜਾਣ ਡਿਆ ਓਏ ਹੋਏ ਹੋਏ ਕੀ ਗੱਲ ਫੋੜਾ ਛਿਲਿਆ ਗਿਆ ਤੇਰਾ ਓਏ ਹੋਏ ਹੋਏ ਬੜੀ ਜਲਦੀ ਇੱਕ ਮਿੰਟ ਬਹਿ ਕੇ ਕਿਤੇ ਮੈਂ ਤੇਰੇ ਮਾਰ ਕੇ ਹੂਰਾ ਬੜੀ ਜਲਦੀ ਜਵਾਨ ਹੋਇਆ ਯਾਰ ਤੂੰ ਓਹੋ ਬੜੀ ਜਲਦੀ ਜਵਾਨ ਹੋ ਗਿਆ ਪਿਛਲੇ ਹਫ਼ਤੇ ਮੈਂ ਐਡਾ ਕੁ ਸੀ ਬੜੀ ਜਲਦੀ ਜਵਾਨ ਹੋਇਆ ਵਾਕਈ ਕਿਸ਼ਵਰ ਦਾ ਉਹ ਭਰਾਵਾ ਮੈਂ ਕਿਸ਼ਵਰ ਦਾ ਹਾਂ ਤੂੰ 2000 ਦੇ ਦੇ ਤੂੰ 2000 ਦੇਤਾ ਠੀਕ ਆ ਨਹੀਂ ਤਾਂ ਮੈਂ ਤੇਰੀ ਕੇਬਲ ਲਾਉਣ ਲੱਗਾ ਕੇਬਲ ਕੋਠੇ ਤੇ ਰੱਖੀ ਹੈ ਮੈਂ ਲਾ ਦੇਣੀ ਆ ਕੇਬਲ ਲਾ ਕੇ ਲੈ ਜਾਣੀ ਤੂੰ ਉਧਰ ਨੂੰ ਵੱਧ ਸਹੀ ਹਿੰਮਤ ਹੈਗੀ ਤੇ ਫਿਰ ਰੋਕ ਲਈ 2000 ਦੇਣਾ ਕਿ ਨਹੀਂ ਜਾਂ ਫਿਰ ਹਾਂਜੀ ਇਹ ਉਧਰ ਨੂੰ ਜਾਵਣੇ ਦਾ ਗੋਡਾ ਤੋੜਨਾ ਓਕੇ ਹੋ ਗਿਆ ਸਰ ਕੀ ਗੱਲ ਬੋਝ ਓਕੇ ਹੋ ਗਿਆ ਚੱਲ ਜਾ ਹੁਣ ਆਹ ਮੇਰਾ ਗੋਡਾ ਤੋੜੂ ਆਓ ਜਾ ਆਓ ਤੇ ਮੈਂ ਕੋ ਜਾਵਾਂ ਉਧਰ ਨੂੰ ਤੁਸੀਂ 2000 ਰੁਪਏ ਤਾਂ ਮੇਰਾ ਦਿਮਾਗ ਖਰਾਬ ਹੈ ਮੈਂ ਜਾਵਾਂ ਉਧਰ ਨੂੰ ਨਹੀਂ ਜਾ ਨਹੀਂ ਮੈਂ ਪੈਸੇ ਲੈਣ ਤੋਂ ਬਗੈਰ ਮੇਰੀ ਗੈਰ ਮੌਜੂਦਗੀ ਜਾਵੇ ਨਾ ਤੇ ਤੂੰ ਲੋਕੇ ਰੇਟ ਮਾਰਨੀ ਠੀਕ ਹੋ ਗਿਆ ਬਾਊ ਜੀ ਕੌਣ ਮਾਰੂਗਾ ਇੱਥੇ ਦੱਸਾਂਗਾ ਤੇ ਜਾਂ ਫਿਰ ਤੂੰ ਮਾਰੇਗਾ ਬਾਊ ਜੀ ਕਹਿੰਦੇ ਵਜਣੀਆਂ ਫਿਰ ਚਲੋ ਜੇ ਵਜਣੀਆਂ ਤੇ ਫਿਰ 2000 ਦਿਓ ਜਾ ਬੜੀ ਬਾਜੀ ਨੂੰ ਕਹਿ 250 ਰੁਪਇਆ ਨਾ ਇਹਨੂੰ ਉਹ ਠਹਿਰ ਜਾ ਇੱਕ ਮਿੰਟ ਤੇਰੀ ਕਿਤੇ ਤਰੀਕ ਪਤਾ ਛਾ 250 ਇਹ ਤੋਂ ਇਲਾਵਾ ਕਿਤੇ ਗੱਲ ਹੀ ਨਹੀਂ ਆਉਂਦੀ ਤੈਨੂੰ ਕਿ ਤੇਰਾ ਮਕਾਨ ਨੰਬਰ 250 ਵਾ ਕਿਤੇ 250 ਤੈਨੂੰ ਕਿਤੇ ਕੈਦ ਹੋ ਗਈ 250 ਵੀ ਕਿਤੇ ਥੋੜ੍ਹਾ ਤੇਰੇ 250 ਨਿਕਲਿਆ ਆਇਆ ਵਾ ਵੀ ਤੇਰੇ ਆਪਰੇਸ਼ਨ ਦਾ ਬਿੱਲ 250 ਬਣ ਗਿਆ ਵਾ ਇਹ ਤੋਂ ਅੱਗੇ ਤੈਨੂੰ ਸ਼ੈ ਨਹੀਂ ਆਉਂਦੀ 250 ਕਿਤੇ ਕੌੜਾ ਵਜਾ ਤੈਨੂੰ 250 ਵੀ ਕਿਤੇ ਇੱਕ ਕਿਤੇ ਮੂੰਹ ਨਾਲ 250 ਇੱਟ ਚੁੱਕ ਲਈ ਤੂੰ 250 ਤੋਂ ਅੱਗੇ ਗੱਲ ਹੀ ਕੋਈ ਨਹੀਂ ਆਉਂਦੀ ਤੈਨੂੰ ਕਿ ਜ਼ਰੀਲ ਹੋਇਆ 250 ਦਾ ਫਲ ਆਕੇ ਚ ਜਾਂ ਉਹਨੂੰ ਕਹਿ ਵੀ ਇਹਨਾਂ 250 ਉਹ ਬਸ ਕਰ ਜਾ 250 ਹੀ ਕਹੀ ਜਾਂਦਾ ਤੂੰ 250 ਤੇਰਾ ਨੇਜ਼ਾ ਵਜਿਆ 250 ਹੀ ਕਹੀ ਜਾਂਦਾ ਕਿ ਨਿੰਬੂ ਮੰਗਾਇਆ ਮੇਰੇ ਕੋਲ 250 ਤੇ ਮੇਰੇ ਕੋਲ ਸੁੱਚ ਬਦਲਾਇਆ ਤੂੰ ਮੈਂ ਬ੍ਰੇਕਰ ਸੈੱਟ ਕੀਤਾ ਕੈਸਾ ਆਦਮੀ ਹੈ ਤੂੰ ਉਹਨੂੰ ਕਹਿ ਜਿਹੜਾ 250 ਉਹ ਠਹਿਰ ਜਾ 250 ਮੈਂ ਤੇਰਾ ਗੇਟ ਨੂੰ ਤੇਲ ਦਿੱਤਾ ਵਾ 250 ਤੋਂ ਅੱਗੇ ਵੀ ਕਿਤੇ ਆ ਜਾ ਵੀ ਮੰਜੀ ਠਕਵਾਈ ਹੈ ਮੇਰੇ ਕੋਲ ਤੂੰ 250 ਕਹੀ ਜਾਣ ਡਿਆ ਕੈਸਾ ਹੁਣ ਕਿੰਨੇ ਕੁ ਦੇ ਦਈਏ 2000 ਰੁਪਇਆ ਦਿਓ ਇੱਥੇ ਲਿਖ 2 ਸਾਲ ਦੇ ਐਗਰੀਮੈਂਟ 2 ਸਾਲ 2 ਸਾਲ ਤੋਂ ਪੈਸੇ ਨਹੀਂ ਪੁੱਛਣੇ ਕੀ ਗੱਲ ਹੋ ਗਈ ਕੋਮੇ ਚੱਲ ਜਾਣਾ ਤੂੰ ਮੈਂ ਨਹੀਂ ਪੁੱਛਣੇ 2 ਸਾਲ ਪੈਸੇ ਨਹੀਂ ਪੁੱਛਣੇ ਤੂੰ ਬਾਹਰ ਰਹਿਣਾ ਕੋਮੇ ਚੋਂ ਕਿ ਨਹੀਂ ਮੈਂ ਤਾਂ ਅਲਹਮਦੁਲਿਲਾ ਕੰਮ ਕਰਨਾ ਮੈਂ ਪੂਰਾ ਇਲਾਕਾ ਕਵਰ ਕਰਨਾ ਵਾ ਕਿਉਂ ਕਵਰ ਕਰਨਾ ਹੈ ਸਾਡਾ ਇਲਾਕਾ ਵਾ ਇਲਾਕੇ ਜਿਹੜੇ ਕੁੱਤੇ ਬਿੱਲਿਆਂ ਦੇ ਹੁੰਦੇ ਆ ਫਿਰ ਤੁਹਾਡਾ ਹੀ ਇਲਾਕਾ ਫਿਰ ਮੈਂ ਤਾਂ ਉੱਥੇ ਰਹਿੰਦਾ 3 ਨੰਬਰ 'ਚ ਗੱਲਾਂ ਕਰਨੇ ਆ ਆਪਣੀ ਬਾਜੀ ਨੂੰ ਕਹਿ ਰਹੇ 250 ਰੁਪਏ ਉਹ ਠਹਿਰ ਜਾ 250 ਰੁਪਏ ਮੇਰੇ ਕੋਲ ਕਿ ਦੁਪੱਟਾ ਰੰਗਵਾਇਆ ਤੇਰੀ ਛੇੜ ਆ 250 ਤੇਰੀ ਛੇੜ ਆ ਤੈਨੂੰ ਹੋਰ ਚੀਜ਼ ਦੇ ਦਵਾਂ ਤੈਨੂੰ ਇਹ ਮੇਰੇ ਕੋਲ ਕਿ ਝੱਗਾ ਰਫੂ ਕਰਾਇਆ 250 ਦੇ ਦੇ ਝੱਗਾ ਰਫੂ ਕਰਵਾਇਆ ਆ ਜਿੰਨੀ ਕਿ ਬਣਨੀ ਫੀਸ ਉਨੀ ਤੈਨੂੰ ਦੇਣੀ ਆ ਮੇਰੇ ਕੋਲ ਤੰਬੀ ਪੀ ਮਾਮਾ ਲੱਗਦਾ ਵੀ ਤੈਨੂੰ ਮੈਂ ਬਹੁਤੇ ਪੈਸੇ ਦਵਾਂ ਜਿਹੜੇ ਬਣਦੇ ਦਿਓ ਜਾਂ ਇਹਨੂੰ 250 ਰੁਪਏ ਉਹ ਬੰਦ ਹੋ ਜਾ ਭਾਈ 250 ਤੈਨੂੰ 250 ਤੋਂ ਇਲਾਵਾ ਗੱਲ ਹੀ ਕੋਈ ਨਹੀਂ ਆਉਂਦੀ ਤੂੰ ਪਤਾ ਨਹੀਂ ਕੀ ਸਮਝਿਆ 250 ਨੂੰ 250 ਐਵੇਂ ਬਣ ਜਾਂਦਾ ਬਣ ਜਾਂਦਾ
ਨਾਨੇ ਦੀ ਅੱਖਾਂ ਵੀ ਬਣਵਾ ਲਈ, ਉਹਦੇ ਮੋਤੀਆ ਉਤਰਿਆ ਸੀ, ਆਪਰੇਸ਼ਨ ਕਰਾ ਦੇ ਉਹਦਾ, 250 ਉਹਨੂੰ ਪਤਾ ਨਹੀਂ ਕੀ ਸਮਝਿਆ। ਉਹ ਬੱਚੇ ਤੇਰੇ ਛੋਟੇ ਜਵਾਨ ਹੋ ਰਹੇ ਨਾ, ਉਹਨਾਂ ਨੂੰ ਕੈਨੇਡਾ ਭੇਜਦੇ ਪੜ੍ਹਾਈ ਵਾਸਤੇ, 250 ਦੇ ਨਾਲ ਹੀ ਵੱਡੀ ਬੱਚੀ ਵੀ ਵਿਆਹ ਲਈ 250 ਨਾਲ। ਅੱਛਾ ਤੂੰ ਖੁਸ਼ ਹੋ ਜਾ, ਤਾਂ ਫਰਨੀਚਰ ਵਿੱਚ ਚਨੋਟ ਤਾਂ ਦੇਈ ਉਹਨੂੰ 250 ਦੇ ਵਿੱਚੋਂ ਹੀ, ਇਹਨੂੰ ਵੀ ਕਿਤੇ ਬਦਾਮ ਸੁਟਾ ਕੇ ਦੇ 250 ਦੇ ਵਿੱਚੋਂ ਹੀ, ਜਾ ਕੰਮ ਕਰ ਜਾ ਕੇ, ਕੰਮ ਕਰ ਜਾ ਕੇ। ਤੂੰ 250 ਨੂੰ ਕੁਝ ਸਮਝਦਾ ਹੀ ਨਹੀਂ, ਇਲੈਕਸ਼ਨ ਲੜ ਲਈ 250 ਲਾ ਕੇ, ਠੀਕ ਆ ਮੁਹੱਲੇ 'ਚ ਦੇਵਾ ਔਰਤਾਂ ਨੂੰ ਮਸ਼ੀਨਾਂ ਵੀ ਦੇਈ, 250 ਰੱਖ ਲਈ ਕੋਲ, ਆਪਣਾ ਢਿੱਡ ਭਰ ਲਾ, ਤੇਰਾ ਕੱਖ ਨਹੀਂ ਬਣਨਾ, ਇੱਦਾਂ ਹੀ ਤੁਸੀਂ ਚੌਂਕ 'ਚ ਬਹਿਣਾ ਵਾ। ਤੇਰਾ ਵੱਡਾ ਭਰਾ ਜਿਹਦਾ ਬਾਈਪਾਸ ਹੋਣ ਵਾਲਾ, ਉਹਦਾ ਵੀ 250 'ਚ ਬਾਈਪਾਸ ਕਰਾ ਦੇ, ਕਦੀ ਪੈਸੇ ਨਹੀਂ ਦੇਖਿਆ, ਬਹਿ ਗਏ ਚੌਂਕ 'ਚ, ਉਹ ਵੀ ਘਰ ਮੇਰਾ, ਉਹ ਵੀ ਘਰ ਮੇਰਾ, ਮੰਜੀ ਟੁੱਟੀ ਆ, ਪਤਾ ਨਹੀਂ ਚੌਲ ਪੁਣਦੇ ਰਹੇ ਉੱਤੇ, ਗੰਦੀ ਮੰਜੀ 'ਤੇ ਬੈਠੇ, ਕੈਸੇ ਸ਼ਰਮ ਨਹੀਂ ਆਉਂਦੀ, ਗਰੀਬ ਦਾ 2000 ਰੁਪਈਆ ਰੱਖ ਕੇ ਜਾਂਦਾ ਹੀ ਕੇਬਲ ਕੱਟੂੰਗਾ, ਰਾਤ ਨੂੰ ਟੱਕਰਾਂ ਮਾਰੀ ਬੂਹੇ 'ਚ, ਇੱਕ ਦੂਜੇ ਦਾ ਮੂੰਹ ਦੇਖ ਕੇ ਸੋਈਓ, ਆ ਕਾਰਟੂਨਾਂ ਦਾ ਬਹੁਤ ਸ਼ੌਕ ਹੈ ਨਾ, ਆਪਣਾ ਭਰਾ ਦੇਖਦਾ ਨਹੀਂ ਜਿਹੜਾ ਨਾਲ ਬੈਠਾ, ਆ ਜਿਹੜੀਆਂ ਤੂੰ ਕੁਸ਼ਤੀਆਂ ਦੇਖਦਾ ਨਾ ਜੌਨ ਸੀਨਾ, ਆ ਦੇਖ ਲੈ ਜਾ ਰਿਹਾ 7ਵਾਂ ਮਹੀਨਾ, ਜਾ ਕੇ ਕੱਟੀ, ਮੈਂ ਰੱਜ ਗਿਆ ਤੁਹਾਡੇ ਤੋਂ, ਲੈ ਲਾ ਨਹੀਂ ਕੱਟੂਗਾ, ਜਿਹੜਾ 1 ਲੱਖ ਰੁਪਏ ਦਾ ਟੀਵੀ ਹੈ ਨਾ, ਬੇਕਾਰ ਹੋਜੂ, ਉਹਦਾ ਕਿਸੇ ਨੇ ਪਤੀਸਾ ਨਹੀਂ ਦੇਣਾ ਤੁਹਾਨੂੰ, ਔਰਿਆ ਲੈ ਜਾ 2000 ਦਿਓ ਬਾਊ ਜੀ ਦਿਓ, ਔਰਿਆ ਨਾ ਯਾਰ ਤੂੰ ਤਾਂ ਖਾ ਪੀ ਗਿਆ, ਤੇਰਾ ਮਜ਼ਾ ਲੈਣ ਡਿਆ ਜਾਂ ਤੂੰ ਪਾਗਲ ਹੋਇਆ, ਲਓ ਜੀ ਪਾਗਲ ਹੋਇਆ, ਇੰਨਾ ਬੋਲੀ ਜਾ ਰਿਹਾ ਯਾਰ, ਉਸ ਤੋਂ ਬਾਅਦ 1 ਰੁਪਈਆ ਨਹੀਂ ਫੜਿਆ ਤਾਂ ਤੁਸੀਂ ਖਪਾ ਦਿੱਤਾ, ਨਹੀਂ ਨਹੀਂ ਅਸੀਂ ਕਿਹੜੀ ਗੱਲ, ਆਪਣੀ ਬਾਜੀ ਕੋ ਜਾ ਤੇ ਇਹਨੂੰ 250 ਰੁਪਈਆ ਲਿਆ ਕੇ ਦੇ ਦੇ, 250 ਉਹ ਤੇਰੀ ਬੇਹਜਾਮ ਤੇ ਆ ਤੁਹਾਡੀ ਮਾਂ ਤੁਹਾਡੀ, ਤੁਸੀਂ ਕਿਤੇ